श्री गुरु नानक देव जी प्रकाश पूर्व वाले दिन उन्होंने सवेरे उठन सार पहला ऐलान ये करया असी भी हक्के बक्के रह गए बार बार टीवी ला के देखा जब मैं पता लगा मैं जिवें तुसी कहा हक्के बक्के रह गए यकीन नहीं सी यकीन नहीं सी आ रहा भी किवें हो सकदा है भी मोदी साहब ऐलान कर सकदे ने भी उही ने ਚੰਗੀ ਤਰ੍ਹਾਂ ਦੇਖਣਾ ਪਿਆ ਵੀ ਮੋਦੀ ਸਾਹਿਬ ਨੇ ਜਾ ਕੇ ਕਿਤੇ ਕੋਈ ਡੁਪਲੀਕੇਟ ਸੀ ਤਾਂ ਨਹੀਂ ਹੋ ਰਹੀ ਐਵੇਂ ਲੋਕਾਂ ਨੂੰ ਭਰਮ ਭੁਲੇਖੇ 'ਚ ਪਾਇਆ ਜਾ ਰਿਹਾ ਕੀਨ ਇਸ ਕਰਕੇ ਤਾਂ ਨਹੀਂ ਸੀ ਕਿਉਂਕਿ ਇੱਕ ਚਿੱਠੀ ਚਰਚਾ ਦੇ ਵਿੱਚ ਅੱਜ ਕੱਲ੍ਹ ਕਿ ਚਿੱਠੀ ਲਿਖੀ ਗਈ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਤੁਸੀਂ ਇੱਕ ਅਮੈਂਡਮੈਂਟ ਕਰ ਦਿਓ ਇੱਕ ਨੂੰ ਰੱਦ ਕਰ ਦਿਓ ਇੱਕ ਇੱਦਾਂ ਛੱਡ ਦਿਓ ਕਿ ਕਿਤੇ ਉਸ ਚਿੱਠੀ ਤੋਂ ਬਾਅਦ ਜਿਵੇਂ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਸੀ ਕਿ ਅਮਿਤ ਸ਼ਾਹ ਨੂੰ ਚਿੱਠੀ ਤਾਂ ਅਸੀਂ ਇਹ ਲਿਖੀ ਸੀ ਕਿ ਅਮੈਂਡਮੈਂਟ ਕਰ ਦਿਓ ਸੋਧ ਕਰ ਦਿਓ ਇੱਕ ਰੱਦ ਕਰ ਦਿਓ ਪਰ ਇਹ ਤਿੰਨੋਂ ਰੱਦ ਕਰਤੇ ਇਸ ਕਰਕੇ ਤਾਂ ਨਹੀਂ ਕਿਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਯਕੀਨ ਨਹੀਂ ਸੀ ਸਾਨੂੰ ਵੇਖੋ ਚਿੱਠੀ ਦੇ ਬਾਰੇ ਮੇਰੇ ਕੋਲ ਤਾਂ ਕੋਈ ਗੱਲ ਹੈ ਨੀ ਗੀ ਕੋਈ ਵੀ ਸ਼ਾਇਦ ਜਿਵੇਂ ਤੁਸੀਂ ਦੱਸ ਰਹੇ ਹੋ ਕੋਈ ਸ਼ਾਇਦ ਹੋਵੇ ਕਿਸੇ ਦੇ ਨਿਗਾਹ 'ਚ ਗੱਲ ਮੇਰੇ ਬਲਵੀਰ ਸਿੰਘ ਰਾਜੇਵਾਲ ਹਰਮੀਤ ਸਿੰਘ ਕਾਦੀਆਂ ਇਹਨਾਂ ਦੇ ਨਾਮ ਜਿਹੜੇ ਨੇ ਬੂਟਾ ਸਿੰਘ ਬੁਰਜਗਿੱਲ ਇਹਨਾਂ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਸੀ ਅਮਿਤ ਸ਼ਾਹ ਨੂੰ ਪਰ ਉਹ ਚਿੱਠੀ 32 ਜਥੇਬੰਦੀਆਂ ਦੇ ਲੀਡਰਾਂ ਨੂੰ ਨਹੀਂ ਸੀ ਪਤਾ ਜਦੋਂ ਕਿ ਸਿਰਫ ਚਾਰਾਂ ਨੂੰ ਪਤਾ ਸੀ ਕਿ ਇਹ ਸਾਜਿਸ਼ਾਂ ਹੋ ਰਹੀਆਂ ਸੀ ਪਹਿਲਾਂ ਤੋਂ ਹੀ ਕਿ ਤੁਸੀਂ ਇਸ ਤਰ੍ਹਾਂ ਨਿਬੇੜ ਦਿਓ ਅਤੇ ਬਾਅਦ ਦੇ ਵਿੱਚ ਇਲੈਕਸ਼ਨ ਨੇ ਕਿਉਂਕਿ ਇਲੈਕਸ਼ਨ ਦੇ ਵਿੱਚ ਦੇਰੀ ਹੋ ਜੂਗੀ ਜਿਵੇਂ ਕਿ ਅੱਜ ਉਹ ਸਿਨੈਰੀਓ ਸਾਰਾ ਬਣਦਾ ਹੋਇਆ ਨਜ਼ਰ ਆ ਰਿਹਾ ਸਿਆਸਤ ਦੇ ਵਿੱਚ ਐਂਟਰੀ ਵੀ ਕਰ ਲਈ ਜੇ ਕੋਈ ਬੰਦਾ ਕਹਿ ਰਿਹਾ ਹੈ ਤੇ ਉਹਨਾਂ ਨੂੰ ਵੈਸੇ ਉਹਦੇ ਪ੍ਰੂਫ ਜਿਹੜੇ ਨੂੰ ਦੇ ਦੇਣੇ ਚਾਹੀਦੇ ਨੇ ਇਹਦੇ ਤੇ ਗੱਲ ਕੀਤੀ ਜਾ ਸਕਦੀ ਹੈ ਪ੍ਰੂਫ ਤਾਂ ਹੋਣ ਨਾ ਘੱਟੋ ਘੱਟ ਜੀ ਡੱਲੇਵਾਲ ਨੇ ਸਿੱਧੇ ਤੌਰ ਤੇ ਕਿਹਾ ਚਿੱਠੀ ਦੇ ਬਾਰੇ ਵੀ ਡੱਲੇਵਾਲ ਨੇ ਇਹ ਖੁਲਾਸੇ ਕੀਤੇ ਕਿ ਮੋਰਚਾ ਇੱਕ ਤਰ੍ਹਾਂ ਵੇਚਣ ਦੀ ਕੋਸ਼ਿਸ਼ ਸੀ ਪਹਿਲਾਂ ਹੀ ਠੀ ਵਾਲੀ ਜਿਹੜੀ ਗੱਲ ਨਾ ਇਹ ਨਵੀਂ ਨਿਕਲੀ ਹੈ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਚੈਨਲ ਦੇ ਜ਼ਰੀਏ ਕਰੂੰਗਾ ਜਿਹਦੇ ਕੋਲ ਕੋਈ ਪ੍ਰੂਫ ਹੈਗੇ ਨਾ ਪ੍ਰੂਫ ਲੈ ਆਵੇ ਆਪਾਂ ਉੱਤੇ ਗੌਰ ਕਰਾਂਗੇ ਪੁੱਛਾਂਗੇ ਕਿੰਨੇ ਕਿੰਨੇ ਲਿਖੀ ਤੇ ਕਿਉਂ ਲਿਖੀ ਚਾਰ ਬੰਦਿਆਂ ਦੇ ਨਾਮ ਲਏ ਜਾ ਰਹੇ ਨੇ ਤੇ ਚਿੱਠੀ ਵੀ ਉਹ ਬਕਾਇਦਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਚਿੱਠੀ ਵੀ ਦਿਖਾਈ ਗਈ ਆ ਕਿ ਅਮਿਤ ਸ਼ਾਹ ਨੂੰ ਲਿਖੀ ਗਈ ਹੈ ਚਿੱਠੀ MSP ਦਾ ਰੇੜਕਾ ਉਹ ਤਾਂ ਬਰਕਰਾਰ ਆ ਤੁਹਾਡੀ ਅਸਲੀ ਲੜਾਈ ਜਿਹੜੀ ਉਹ ਤਾਂ ਹਲੇ ਖਤਮ ਨਹੀਂ ਹੋਈ ਤੁਸੀਂ ਸਿਆਸਤ ਦੇ ਵਿੱਚ ਆ ਗਏ ਜੇ ਲੋਕਾਂ ਨੇ ਪਾਵਰ ਦਿੱਤੀ ਇਹਦੂ ਵੱਧ ਸਤਿਕਾਰ ਹੋਊਗਾ ਦੂਜੀ ਵਾਰ ਵੋਟ ਨਹੀਂ ਮੰਗਣ ਜਾਵਾਂਗੇ ਅਸੀਂ ਜੋ ਮਨ 'ਚ ਧਾਰੀ ਬੈਠੇ ਹਾਂ ਨਾ ਗੱਲ ਦੂਜੀ ਵਾਰ ਵੋਟ ਨਹੀਂ ਮੰਗਣ ਜਾਵਾਂਗੇ ਇੱਕੋ ਵਾਰ ਮੰਗਾਂਗੇ ਕਹਿ ਦਾਂਗੇ ਲੋਕਾਂ ਨੂੰ ਵੀ ਜੇ ਅਸੀਂ ਠੀਕ ਕੀਤਾ ਵੋਟ ਪਾਓ ਨਹੀਂ ਤਾਂ ਤੁਹਾਡਾ ਦਿਲ ਕਰਦਾ ਜਿੱਦਣ ਮਰਜ਼ੀ ਪਾ ਦਿਓ ਤਾਂ ਦੇ ਵਿੱਚ ਆਉਣ ਤੋਂ ਪਹਿਲਾਂ ਲੀਡਰ ਵੀ ਤੁਹਾਡੇ ਵਰਗੀਆਂ ਗੱਲਾਂ ਕਰਦੇ ਨੇ ਜਿਵੇਂ ਤੁਸੀਂ ਕਿਹਾ ਅਸੀਂ ਵੋਟ ਨਹੀਂ ਮੰਗਣ ਜਾਵਾਂਗੇ ਅਸੀਂ ਕੰਮ ਕਰਾਂਗੇ ਕੰਮ ਤੇ ਵੋਟ ਪਵੇਗੀ ਅਰਵਿੰਦ ਕੇਜਰੀਵਾਲ ਵੀ ਇਹੀ ਗੱਲ ਕਹਿੰਦੇ ਨੇ ਹੋਊਗਾ ਤੇ ਹੁਣ ਤੁਸੀਂ ਵੀ ਇਹੀ ਗੱਲ ਕਹਿ ਰਹੇ ਹੋ ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਹੋ ਤੁਹਾਡੇ ਹੱਥਾਂ 'ਚ ਪਾਵਰ ਆ ਜਾਂਦੀ ਆ ਫਿਰ ਤਾਂ ਬੂਟਾ ਜੀ ਫੋਨ ਚੱਕਣੋਂ ਵੀ ਹਟ ਜਾਂਦੇ ਨੇ ਕਦੀ ਵੀ ਨਹੀਂ ਜੀ ਮੈਨੂੰ ਅਗਲੇ ਦਿਨ ਫੋਨ ਆਇਆ ਇੱਕ ਇੱਧਰੋਂ ਮੈਂ ਕੁਝ ਮੈਂ ਨਾਮ ਨਹੀਂ ਲਊਂਗਾ ਇੱਥੇ ਜਥੇਬੰਦੀਆਂ ਦੇ ਲੀਡਰਾਂ ਦੀ ਗੱਲ ਕਰੂੰਗਾ ਹਾਲੇ ਉਹ ਤੁਹਾਡੇ ਨਾਲ ਹੀ ਨੇ ਉਹ 22 ਜਥੇਬੰਦੀਆਂ ਜਿਹੜੀਆਂ ਸਿਆਸਤ ਦੇ ਵਿੱਚ ਆਈ ਨੇ ਉਹਨੂੰ ਅਸੀਂ ਪਿਛਲੇ 2 ਦਿਨਾਂ ਤੋਂ ਫੋਨ ਕਰ ਰਹੇ ਹਾਂ 2-3 ਲੀਡਰ ਇੱਕ ਲੀਡਰ ਨਹੀਂ ਉਹ ਹੁਣ ਉਹਨਾਂ ਕੋਲ ਨੰਬਰ ਵੀ ਸੇਵ ਨੇ ਪਰ ਉਹ ਫੋਨ ਨਹੀਂ ਚੱਕਦੇ ਕਿ ਹਾਲੇ ਤਾਂ ਸਿਆਸਤ 'ਚ ਐਂਟਰੀ ਹੋਈ ਆ ਜਿੱਦਾਂ ਤੁਸੀਂ ਸੱਤਾ 'ਚ ਆ ਗਏ ਤੁਸੀਂ ਮੰਤਰੀ ਬਣ ਗਏ MLA ਬਣ ਗਏ ਉਹ ਤਾਂ ਤੁਸੀਂ ਫਿਰ ਕੈਪਟਨ ਵਾਲੀ ਕਰਨ ਲੱਗ ਜਾਓਗੇ ਵੀ ਮਿਲੋਗੇ ਨਹੀਂ ਤੁਸੀਂ ਚਲੋ ਸੰਯੁਕਤ ਸਮਾਜ ਮੋਰਚਾ ਬਣਾ ਲਿਆ ਪਰ ਹਾਲੇ ਤੱਕ ਸਿੰਬਲ ਨਹੀਂ ਮਿਲਿਆ ਟਾਈਮ ਜਿਹੜਾ ਚੋਣ ਜਾਬਤਾ ਕੁਝ ਦਿਨਾਂ ਦੇ ਵਿੱਚ ਲੱਗ ਜਾਊਗਾ ਕੀ ਲੱਗਦਾ ਜੀ ਇਹ 'ਚ ਇਹ ਹੈਂਡ ਸਮੱਸਿਆਵਾਂ ਹੈਗੀਆਂ ਨੇ ਇਹ ਸਮਾਂ ਲੱਗਦਾ ਹੈ ਆਖਿਰਕਾਰ ਕੋਈ ਗੱਲ ਨਹੀਂ ਇਹ ਸਾਰਾ ਕੁਝ ਹੋਜੂਗਾ ਹੁਣ ਤੁਹਾਡੇ ਖੜਿਆਂ ਖੜਿਆਂ ਮੇਰੇ ਕੋਲ 5-7 ਫੋਨ ਆ ਗਏ ਸੀ ਉੱਥੇ ਜਿੱਥੇ ਆਪਾਂ ਖੜੇ ਸੀਗੇ ਚਾਹ ਪੀ ਕੇ ਉੱਠੇ ਹਾਂ 5-7 ਫੋਨ ਆ ਗਏ ਜਥੇਬੰਦੀਆਂ ਜੀ ਮੇਰੀ ਟਿਕਟ ਜ਼ਰੂਰ ਰੱਖਿਓ ਮਤਲਬ ਇਹ ਹਾਲਾਤ ਪਹਿਲਾਂ ਲੋਕ ਕਹਿ ਰਹੇ ਨੇ ਕਿ ਯਾਰ ਸਾਡੀ ਟਿਕਟ ਰੰਗ ਦੇ ਕੱਟ ਜਾ ਸਾਡੀ ਰੱਖਿਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਰੋਜ਼ਾਨਾ ਲੋਕ ਨਾਚ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਜਦੋਂ ਤੋਂ ਕਿਸਾਨੀ ਅੰਦੋਲਨ ਦੀ ਜਿੱਤ ਹੋਈ ਆ ਉਦੋਂ ਤੋਂ ਹੀ ਸੂਬੇ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਆ ਇੱਕ ਪਾਸੇ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਨੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਆਪਣੀ ਇੱਕ ਵੱਖਰੀ ਪਾਰਟੀ ਸੰਯੁਕਤ ਸਮਾਜ ਮੋਰਚਾ ਬਣਾ ਦਿੱਤਾ ਜੋ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਕਿਸਾਨ ਸਿਆਸਤ ਦੇ ਵਿੱਚ ਐਂਟਰੀ ਕਰ ਗਏ ਨੇ ਕਿ ਲੋਕ ਸਮਰਥਨ ਦੇਣਗੇ ਕੀ ਕਿਸਾਨਾਂ ਦੀ ਪਹਿਲਾਂ ਤੋਂ ਹੀ ਮਨਸ਼ਾ ਸੀ ਕਿ ਸਿਆਸਤ ਦੇ ਵਿੱਚ ਆਉਣਾ ਕੀ ਬਾਇਆ ਅੰਦੋਲਨ ਵਿਧਾਨ ਸਭਾ ਜਾਣ ਦਾ ਪਹਿਲਾਂ ਤੋਂ ਹੀ ਕਿਸਾਨਾਂ ਦਾ ਪਲਾਨ ਸੀ ਇਹ ਸਾਰੇ ਸਵਾਲਾਂ ਦੇ ਜਵਾਬ ਲੋਕ ਕਿਸਾਨ ਲੀਡਰਾਂ ਤੋਂ ਮੰਗ ਰਹੇ ਨੇ ਲੋਕ ਉਹਨਾਂ ਤੋਂ ਮੰਗ ਰਹੇ ਨੇ ਜਿਨ੍ਹਾਂ ਦੇ ਵੱਲੋਂ ਪਾਰਟੀ ਬਣਾਈ ਲਈ ਹੈ ਅੱਜ ਸਾਡੇ ਨਾਲ ਵੀ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦਾ ਬੂਟਾ ਜੀ ਸਵਾਗਤ ਹੈ ਜੀ ਧੰਨਵਾਦ ਜੀ ਮਿਹਰਬਾਨੀ ਬੂਟਾ ਜੀ ਸਭ ਤੋਂ ਪਹਿਲਾਂ ਤਾਂ ਮਨ ਦੇ ਵਿੱਚ ਇਹੀ ਆਇਆ ਕਿ ਹੁਣ ਬੂਟਾ ਸਿੰਘ ਸ਼ਾਦੀਪੁਰ ਨੂੰ ਕਿਸਾਨ ਲੀਡਰ ਕਹੀਏ ਜਾਂ ਫਿਰ ਸਿਆਸਤਦਾਨ ਕਹੀਏ
ਵੇਖੋ ਕਿਸਾਨ ਆਗੂ ਰਹਾਂਗੇ ਹੀ ਤਾਂ ਹੈ ਤੇ ਕਿਸਾਨ ਆਗੂ ਹੈ ਨਾ, ਰਾਜਨੀਤੀ ਕੋਈ ਕਿੱਤਾ ਥੋੜ੍ਹਾ, ਕਿਸਾਨੀ ਤਾਂ ਕਿੱਤਾ ਹੈ ਨਾ, ਰਾਜਨੀਤੀ ਕੋਈ ਕਿੱਤਾ ਨਹੀਂ, ਰਾਜਨੀਤੀ ਸੇਵਾ ਇੱਕ ਅਤੇ ਕਿਸਾਨ ਤਾਂ ਸ਼ੁਰੂ ਤੋਂ ਲੈ ਕੇ ਆ ਰਿਹਾ ਹੈ ਅਤੇ ਕਿਸਾਨੀ ਕਿੱਤਾ ਹੈ, ਕਿਸਾਨੀ ਕਿੱਤੇ ਨਾਲ ਜੁੜਿਆ ਕਿਸਾਨ ਹੀ ਰਹਾਂਗੇ। ਪਹਿਲਾਂ ਤਾਂ ਤੁਹਾਨੂੰ ਅੰਦੋਲਨ ਜਿੱਤਣ ਦੀ ਕਿਸਾਨ ਲੀਡਰ ਜੇ ਤੁਸੀਂ ਮੰਨਦੇ ਹੋ ਆਪਣੇ ਆਪ ਨੂੰ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਅਤੇ ਸਵਾਲ ਮੇਰਾ ਇਹ ਆ ਕਿ ਜਦੋਂ ਤੁਸੀਂ ਬਾਰਡਰ 'ਤੇ ਬੈਠੇ ਸੀ, ਅੰਦੋਲਨ ਚੱਲ ਰਿਹਾ ਸੀ, ਉਦੋਂ ਲੋਕਾਂ ਦੀ ਵਿਚਾਰਧਾਰਾ ਕੀ ਸੀ? ਹੁਣ ਤੁਸੀਂ ਜਿੱਤ ਕੇ ਆਏ ਹੋ, ਹੁਣ ਲੋਕਾਂ ਦੀ ਵਿਚਾਰਧਾਰਾ ਕਿੰਨੀ ਕੁ ਬਦਲੀ ਆ? ਵੇਖੋ ਉਦੋਂ ਜਦੋਂ ਆਪਾਂ ਅੰਦੋਲਨ ਸ਼ੁਰੂ ਕਰਿਆ ਗਏ ਨਹੀਂ, ਉਦੋਂ ਵੀ ਲੋਕਾਂ ਦੇ ਵਿੱਚ ਜਦੋਂ 26 ਨਵੰਬਰ ਨੂੰ ਆਪਾਂ ਗਏ, ਜੋਸ਼ ਸੀ ਲੋਕਾਂ ਦੇ ਵਿੱਚ ਬਹੁਤ ਵੱਡਾ, ਅਤੇ ਜਿਹੜਾ ਲਾਸਟ ਤੱਕ ਰਿਹਾ, ਜੋ ਲਾਸਟ ਤੱਕ ਜੋਸ਼ ਰਿਹਾ, ਬੇਸ਼ੱਕ 26 ਜਨਵਰੀ ਵੀ ਵਿੱਚ ਨੂੰ ਆਈ, ਕਮਜ਼ੋਰੀ ਵੀ ਪਈ ਇੱਕ ਵਾਰ ਅੰਦੋਲਨ ਲੋਕਾਂ ਦੇ ਵੱਲੋਂ, ਇਹ ਵੀ ਹੋਣ ਲੱਗਿਆ ਵਿਰੋਧੀ ਪਾਰਟੀਆਂ ਵੱਲੋਂ ਵੀ, ਸਾਡੀ ਵਿਰੋਧੀ ਧਿਰ ਜਿਹੜੀ ਸੀ ਸਰਕਾਰ ਕੇਂਦਰ ਦੇ ਅੰਦਰ, ਵੀ ਇਹ ਖਤਮ ਹੋ ਗਿਆ ਅੰਦੋਲਨ, ਹੁਣ ਚੱਕਿਆ ਗਿਆ ਅੰਦੋਲਨ, ਪਰ ਲੋਕਾਂ ਦੇ ਹੌਂਸਲੇ ਜਿਹੜੇ ਸੀ ਉਹ ਬੁਲੰਦ ਰਹੇ ਨੇ, ਹੌਂਸਲੇ ਨਹੀਂ ਲੋਕਾਂ ਦੇ ਡਾਊਨ ਹੋਏ, ਲੋਕਾਂ ਨੇ ਮਜ਼ਬੂਤੀ ਦੇ ਨਾਲ ਉਹਨੂੰ ਉਸੇ ਤਰ੍ਹਾਂ ਹੀ ਫਿਰ ਵੱਡੇ ਪੱਧਰ 'ਤੇ ਚੁੱਕਿਆ, ਚਾਹੇ ਪਰਮਾਤਮਾ ਨੇ ਕਿਰਪਾ ਕੀਤੀ, ਟਕੈਦ ਦੇ ਬਹੁਤ ਸਾਡਾ ਸੀਨੀਅਰ ਆਗੂ ਹੈ, ਉਹਨਾਂ ਦੇ ਅਥਰੂ ਆਏ ਜਿਹੜੇ ਹੜ੍ਹ ਬਣਿਆ ਬਾਅਦ ਦੇ ਵਿੱਚ, ਹੈ ਨਾ, ਅਤੇ ਉਹ ਉਸੇ ਤਰ੍ਹਾਂ ਚੱਲਦਾ ਰਿਹਾ, ਲੋਕਾਂ ਦਾ ਇਹ ਜੋਸ਼ ਸੀਗਾ, ਜੋਸ਼ ਮੱਠਾ ਨਹੀਂ ਪਿਆ ਲੋਕਾਂ ਦਾ। ਕਦੇ ਇਹੋ ਜਿਹੀ ਗੱਲਾਂ ਵੀ ਸੁਣਨ ਨੂੰ ਮਿਲੀਆਂ ਕਿ ਐਵੇਂ ਹੀ ਕਿਸਾਨ ਉੱਥੇ ਜਾ ਕੇ ਬੈਠੇ ਨੇ, ਕੁਝ ਨਹੀਂ ਬਣਨਾ, ਨੈਗੇਟਿਵ ਯਾਨੀ ਕਿ ਹੁੰਦੀਆਂ ਨੇ ਜਿਵੇਂ ਗੱਲਾਂ, ਅਜਿਹੀਆਂ ਵੀ ਸੁਣਨ ਨੂੰ ਮਿਲੀਆਂ ਉਦੋਂ, ਅਤੇ ਹੁਣ ਕੀ ਕਿੰਨਾ ਕੁ ਫਰਕ ਆ ਉਹਨਾਂ ਗੱਲਾਂ ਦੇ ਵਿੱਚ? ਉਹੀ ਲੋਕ ਉਹ ਐਂ ਹੁੰਦਾ ਜੀ, ਜਦੋਂ ਲੋਕ ਨੈਗੇਟਿਵਿਟੀ ਫੈਲਾਉਣ ਦਾ ਯਤਨ ਕਰਦੇ ਨੇ ਨਾ, ਵਿਰੋਧੀ ਜਿਹੜੇ ਨੇ, ਉਦੋਂ ਕਈ ਵਾਰ ਆਪਣੇ ਜਿਹੜੇ ਬੰਦੇ ਹੁੰਦੇ ਨੇ ਉਹ ਵੀ ਸੋਚਣ ਵਾਸਤੇ ਮਜਬੂਰ ਕਈ ਵਾਰ ਹੋ ਜਾਂਦੇ ਨੇ, ਹੋ ਜਾਂਦੀਆਂ ਨੇ ਗੱਲਾਂ, ਬਹੁਤ ਵਾਰ ਇਹੋ ਜਿਹੀਆਂ ਵੀ ਗੱਲਾਂ ਹੋਈਆਂ ਜਦੋਂ ਜ਼ਿਆਦਾ ਦੇਰ ਇੱਕ ਵਾਰ ਅੰਦੋਲਨ ਚੱਲਦੇ ਨੂੰ ਹੋ ਗਈ ਅਤੇ ਗੱਲ ਕਿਸੇ ਕੰਡੇ ਨਾ ਲੱਗੀ, ਕਮਜ਼ੋਰ ਪੈਣ ਲੱਗਿਆ, ਕਮਜ਼ੋਰ ਨਹੀਂ ਸੀ ਪੈਂਦਾ, ਲੇਕਿਨ ਲੋਕ ਆਪੋ ਆਪਣੇ ਕੰਮਾਂ ਵਾਸਤੇ ਵਾਪਸ ਆਉਂਦੇ ਹਨ, ਅਤੇ ਜਦੋਂ ਗਿਣਤੀ ਘੱਟ ਹੁੰਦੀ ਸੀ ਅਤੇ ਲੋਕ ਕਈ ਵਾਰ ਜਦੋਂ ਅਸੀਂ ਵੀ ਵਾਪਸ ਆਉਣਾ ਇੱਥੇ ਪੰਜਾਬ, ਅਤੇ ਕਈ ਵਾਰ ਲੋਕ ਕਹਿੰਦੇ ਸੀ ਵੇਖਿਓ ਯਾਰ ਕਿਤੇ ਜਮ੍ਹਾਂ ਹੀ ਨਾ ਰਹਿ ਜਾਈਏ, ਜੇ ਕੁਛ ਹੈ ਮਿਲਦੀ ਹੈ ਲੈ ਲਓ, ਕਿਉਂਕਿ ਉਦੋਂ ਸਰਕਾਰ ਦੇ ਨਾਲ ਗੱਲਾਂ ਚੱਲਦੀਆਂ ਰਹੀਆਂ, 11 ਦੌਰ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਸਨ, ਅਤੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਸੀਗੇ, ਅਤੇ ਪਰ ਫਿਰ ਵੀ ਇਹ ਗੱਲ ਲੋਕਾਂ ਦੇ ਮਨ 'ਚ ਇਹ ਹੁੰਦੀ ਸੀ ਵੀ ਯਾਰ ਵੇਖੀ ਜਾਏਗੀ ਜੋ ਬਣੇਗਾ, ਅਸੀਂ ਵੀ ਅਗਲਿਆਂ ਨੂੰ ਤਕੜਿਆਂ ਕਰਦੇ ਹਾਂ ਵੀ ਅਸੀਂ 2024 ਤੱਕ ਦਾ ਰੱਖਿਆ ਹੋਇਆ ਪ੍ਰੋਗਰਾਮ ਲੀਕ ਕੇ, ਵੀ ਜਿਵੇਂ ਪਹਿਲੇ ਦਿਨ ਗਏ ਉਦੋਂ 6 ਮਹੀਨੇ ਦਾ ਕਹਿ ਗਏ ਸੀ, 6-6 ਮਹੀਨੇ ਦਾ ਰਾਸ਼ਨ ਫਿਰ ਚਲਾ ਗਿਆ ਜਦੋਂ 6 ਮਹੀਨੇ ਪੂਰੇ ਹੋ ਗਏ, ਵੀ 2024 ਤੱਕ ਦਾ ਅਸੀਂ ਸੁਨੇਹਾ ਸਰਕਾਰ ਨੂੰ ਦਿੱਤਾ ਹੋਇਆ ਵੀ 2024 'ਚ ਜਿਹੜੀ ਇਲੈਕਸ਼ਨ ਆਉਣੀ ਹੈ 2024 ਤੱਕ ਅਸੀਂ ਤੁਹਾਨੂੰ ਲਿਜਾ ਸਕਦੇ ਹਾਂ ਖਿੱਚ ਕੇ, ਉਸ ਤੋਂ ਬਾਅਦ ਫਿਰ ਦੇਖੀ ਜੂਗੀ, ਜੇ ਤੁਸੀਂ ਫਿਰ ਵੀ ਨਹੀਂ ਮੰਨੋਗੇ ਫਿਰ ਦੂਜੇ ਢੰਗ ਨਾਲ ਮਨਾਵਾਂਗੇ, ਜਿਵੇਂ ਹੁਣ 22 ਦੀ ਇਲੈਕਸ਼ਨ ਆ ਗਈ, ਹੈ ਨਾ, ਅਤੇ ਲੋਕ ਇੱਥੇ ਫਿਰ ਆ ਕੇ ਖੜ੍ਹ ਜਾਂਦੇ ਸੀ ਡਟ ਕੇ ਵੀ ਬਿਲਕੁਲ ਠੀਕ ਹੈ ਜੀ ਤੁਹਾਡੇ ਨਾਲ ਖੜ੍ਹੇ ਹਾਂ ਅਸੀਂ ਅਤੇ ਆਪਾਂ 2024 ਤੱਕ ਲੈ ਜਾਵਾਂਗੇ, ਇਹ ਹੌਂਸਲੇ ਲੋਕਾਂ ਦੇ ਬਹੁਤ ਮਜ਼ਬੂਤ ਸੀਗੇ, ਪਰ ਉਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਬਣਿਆ, ਜਦੋਂ ਕਿ ਕੋਈ ਵੀ ਆਗੂ ਖਾਸ ਕਰਕੇ ਭਾਜਪਾ ਦਾ, ਚਾਹੇ ਬਲਾਕ ਪੱਧਰ ਤੋਂ ਹੋਵੇ ਅਤੇ ਚਾਹੇ ਉਹਨਾਂ ਦਾ ਨੈਸ਼ਨਲ ਲੀਡਰ ਹੋਵੇ, ਇੱਕੋ ਗੱਲ ਹੀ ਕਰਦੇ ਸੀਗੇ ਬਈ ਇਹ ਕਾਨੂੰਨ ਤਾਂ ਰੱਦ ਨਹੀਂ ਹੋਣੇ, ਤੁਸੀਂ ਵੀ ਇੰਟਰਵਿਊ ਵੀ ਕਈਆਂ ਦੀ ਕਰਦੇ ਰਹੇ ਹੋ ਵੀ ਕਾਨੂੰਨ ਤਾਂ ਰੱਦ ਹੋਣਗੇ ਨਹੀਂ, ਸੋਧਾ ਕਰਾ ਲੈਣ ਜਿੰਨੀਆਂ ਮਰਜ਼ੀ, ਇਹ ਹਰ ਇੱਕ ਦੀ ਆਵਾਜ਼ ਇਹੀ ਉੱਧਰੋਂ ਆਉਂਦੀ ਹੁੰਦੀ ਸੀ, ਠੀਕ ਹੈ ਨਾ, ਅਤੇ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਵੇਖੀ ਜਾਏਗੀ, ਅਸੀਂ ਬੈਠੇ ਹਾਂ 2024 ਤੱਕ, 24 'ਚ ਦੇਖਾਂਗੇ ਫਿਰ ਕਿਵੇਂ ਕਰਨਾ ਜਾ ਕੇ, ਹੈ ਨਾ, ਅਤੇ ਕੁਦਰਤ ਦਾ ਕ੍ਰਿਸ਼ਮਾ ਹੋਇਆ ਅਤੇ ਮੋਦੀ ਸਾਹਿਬ ਦੇ ਦਿਮਾਗ 'ਚ ਕੋਈ ਗੱਲ ਆਈ, ਪਰਮਾਤਮਾ ਨੇ ਉਹਨਾਂ ਦੇ ਕੋਈ ਅੰਦਰ ਇਹ ਗੱਲ ਭਰੀ ਵੀ ਤੁਹਾਨੂੰ ਆਹ ਕੰਮ ਜਿਹੜਾ ਕਰ ਲੈਣਾ ਚਾਹੀਦਾ, ਇਹਦੇ ਤੁਹਾਡਾ ਭਲਾ ਹੋ ਸਕਦਾ, ਹੈ ਨਾ, ਅਤੇ ਦੇਖੋ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਉਹਨਾਂ ਨੇ ਸਵੇਰੇ ਉੱਠਣ ਸਾਰ ਪਹਿਲਾਂ ਐਲਾਨ ਹੀ ਇਹ ਕਰਿਆ, ਅਸੀਂ ਵੀ ਹੱਕੇ ਪੱਕੇ ਰਹਿ ਗਏ, ਵਾਰ ਵਾਰ ਟੀਵੀ ਲਾ ਕੇ ਵੇਖਿਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਬੇਟਾ, ਜਿਵੇਂ ਤੁਸੀਂ ਕਿਹਾ ਹੱਕੇ ਪੱਕੇ ਰਹਿ ਗਏ, ਯਕੀਨ ਨਹੀਂ ਸੀ, ਯਕੀਨ ਨਹੀਂ ਸੀ ਆ ਰਿਹਾ ਵੀ ਕਿਵੇਂ ਹੋ ਸਕਦਾ ਵੀ ਮੋਦੀ ਸਾਹਿਬ ਐਲਾਨ ਕਰ ਸਕਦੇ ਨੇ ਵੀ ਉਹੀ ਨੇ ਧੰਨਵਾਦ ਕੀਤਾ ਸੀ ਤੁਹਾਡੇ ਚੈਨਲਾਂ ਦੇ ਰਾਹੀਂ, ਕਿਉਂਕਿ ਅੰਦੋਲਨ ਬਹੁਤ ਵੱਡਾ ਸੀਗਾ, ਇੱਕ ਮਾਰ ਬਹੁਤ ਵੱਡੀ ਇਹਨਾਂ ਕਾਨੂੰਨਾਂ ਨਾਲ ਸਾਰੇ ਦੇਸ਼ ਚ ਪੈ ਰਹੀ ਸੀ ਤੇ ਲੋਕਾਂ ਦੇ ਮਨਾਂ ਚ ਇਕਦਮ ਖੁਸ਼ੀ ਆਈ, ਚਾਰ ਚੁਫੇਰੇ ਫੋਨ ਲੱਗ ਗਏ ਚੱਲਣ, ਮੈਂ ਦੇਖਿਆ ਜੀ ਇੱਕ ਫੋਨ ਆ ਗਿਆ, ਮਿੰਟ ਡੇਢ ਮਿੰਟ ਤੋਂ ਵੱਧ ਗੱਲ ਨਹੀਂ ਕਰਦੇ, 18-18 ਫੋਨ ਵਿੱਚ ਆ ਜਾਂਦੇ ਸੀ ਉਹਨੇ ਚਿਰ, ਲਗਾਤਾਰ ਹੀ ਚੱਲੀ ਗਿਆ ਸਾਰਾ ਦਿਨ, ਬਈ ਕਿਸੇ ਨੂੰ ਅਸੀਂ ਵਧਾਈਆਂ ਦੇ ਰਹੇ, ਕੋਈ ਸਾਨੂੰ ਫੋਨ ਕਰ ਰਿਹਾ ਜੀ ਵਧੀਆ ਹੋ ਗਿਆ ਜੀ, ਫਿਰ ਬੁੱਢਾ ਜੀ ਇਹ ਯਕੀਨ ਇਸ ਕਰਕੇ ਤਾਂ ਨਹੀਂ ਸੀ ਕਿਉਂਕਿ ਇੱਕ ਚਿੱਠੀ ਚਰਚਾ ਦੇ ਵਿੱਚ ਅੱਜ ਕੱਲ੍ਹ ਕਿ ਚਿੱਠੀ ਲਿਖੀ ਗਈ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਤੁਸੀਂ ਇੱਕ ਅਮੈਂਡਮੈਂਟ ਕਰ ਦਿਓ, ਇੱਕ ਕਾਨੂੰਨ ਰੱਦ ਕਰ ਦਿਓ, ਇੱਕ ਇੱਦਾਂ ਛੱਡ ਦਿਓ, ਕਿ ਕਿਤੇ ਉਸ ਚਿੱਠੀ ਤੋਂ ਬਾਅਦ ਜਿਵੇਂ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਸੀ ਕਿ ਅਮਿਤ ਸ਼ਾਹ ਨੂੰ ਚਿੱਠੀ ਤਾਂ ਅਸੀਂ ਇਹ ਲਿਖੀ ਸੀ ਕਿ ਅਮੈਂਡਮੈਂਟ ਕਰ ਦਿਓ, ਸੋਧ ਕਰ ਦਿਓ, ਇੱਕ ਰੱਦ ਕਰ ਦਿਓ,
ਪਰ ਇਹ ਤਿੰਨੋਂ ਰੱਦ ਕਰਤੇ ਇਸ ਕਰਕੇ ਤਾਂ ਨਹੀਂ ਕਿਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਯਕੀਨ ਨਹੀਂ ਸੀ ਸਾਨੂੰ ਨਹੀਂ ਨਹੀਂ ਉਹ ਤਾਂ ਵੇਖੋ ਚਿੱਠੀ ਦੇ ਬਾਰੇ ਮੇਰੇ ਕੋਲ ਤਾਂ ਕੋਈ ਗੱਲ ਹੈ ਨਹੀਂ ਗੀ ਕੋਈ ਵੀ ਸ਼ਾਇਦ ਜਿਵੇਂ ਤੁਸੀਂ ਦੱਸ ਰਹੇ ਹੋ ਕੋਈ ਸ਼ਾਇਦ ਹੋਵੇ ਕਿਸੇ ਦੇ ਨਿਗਾਹ 'ਚ ਗੱਲ ਮੇਰੀ ਨਿਗਾਹ 'ਚ ਬਲਵੀਰ ਸਿੰਘ ਰਾਜੇਵਾਲ ਹਰਮੀਤ ਸਿੰਘ ਕਾਦੀਆਂ ਇਹਨਾਂ ਦੇ ਨਾਮ ਜਿਹੜੇ ਨੇ ਬੂਟਾ ਸਿੰਘ ਬੁਰਜਗਿੱਲ ਇਹਨਾਂ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਸੀ ਅਮਿਤ ਸ਼ਾਹ ਨੂੰ ਪਹਿਲਾਂ ਹੀ ਹਾਲਾਂਕਿ ਤੁਸੀਂ ਕਹਿ ਰਹੇ ਹੋ ਤੁਹਾਨੂੰ ਪਤਾ ਨਹੀਂ ਪਰ ਕੀ ਜੇ ਇਹੋ ਜਿਹੀ ਚਿੱਠੀਆਂ ਪਹਿਲਾਂ ਹੀ ਅੰਦੋਲਨ ਦੇ ਵਿੱਚ ਲਿਖੀਆਂ ਜਾਂਦੀਆਂ ਸਿੱਧੇ ਤੌਰ 'ਤੇ ਸਾਫ਼ ਪਤਾ ਲੱਗਦਾ ਕਿ ਅੰਦਰ ਖਾਤੇ ਤੁਸੀਂ 32 ਜਥੇਬੰਦੀਆਂ ਆਪਸ ਦੇ ਵਿੱਚ ਕੋਈ ਫੈਸਲਾ ਲੈਂਦੀਆਂ ਸੀ ਪਰ ਉਹ ਚਿੱਠੀ 32 ਜਥੇਬੰਦੀਆਂ ਦੇ ਲੀਡਰਾਂ ਨੂੰ ਨਹੀਂ ਸੀ ਪਤਾ ਜਦੋਂ ਕਿ ਸਿਰਫ 4 ਨੂੰ ਪਤਾ ਸੀ ਕਿ ਇਹ ਸਾਜ਼ਿਸ਼ਾਂ ਹੋ ਰਹੀਆਂ ਸੀ ਪਹਿਲਾਂ ਤੋਂ ਹੀ ਕਿ ਤੁਸੀਂ ਇਸ ਤਰ੍ਹਾਂ ਨਿਬੇੜ ਦਿਓ ਅਤੇ ਬਾਅਦ ਦੇ ਵਿੱਚ ਇਲੈਕਸ਼ਨ ਨੇ ਕਿਉਂਕਿ ਇਲੈਕਸ਼ਨ ਦੇ ਵਿੱਚ ਦੇਰੀ ਹੋ ਜੂਗੀ ਜਿਵੇਂ ਕਿ ਅੱਜ ਉਹ ਸਿਨੈਰੀਓ ਸਾਰਾ ਬਣਦਾ ਹੋਇਆ ਨਜ਼ਰ ਆ ਰਿਹਾ ਸਿਆਸਤ ਦੇ ਵਿੱਚ ਐਂਟਰੀ ਵੀ ਕਰ ਲਈ ਨਹੀਂ ਉਹ ਕੋਈ ਕਲੀਅਰ ਕਰਿਆ ਕਿਸੇ ਨੇ ਵੀ ਕੋਈ ਚਿੱਠੀ ਆਈ ਹੈ ਸਾਨੂੰ ਤਾਂ ਸਾਡੇ ਤਾਂ ਧਿਆਨ 'ਚ ਹੈ ਨਹੀਂ ਕੋਈ ਚਿੱਠੀ ਆਈ ਜੇ ਕੋਈ ਬੰਦਾ ਕਹਿ ਰਿਹਾ ਹੈ ਤਾਂ ਉਹਨਾਂ ਨੂੰ ਵੈਸੇ ਉਹਦੇ ਪਰੂਫ ਜਿਹੜੇ ਨੂੰ ਦੇ ਦੇਣੇ ਚਾਹੀਦੇ ਨੇ ਇਹਦੇ 'ਤੇ ਗੱਲ ਕੀਤੀ ਜਾ ਸਕਦੀ ਹੈ ਪਰੂਫ ਤਾਂ ਹੋਣਾ ਘੱਟੋ ਘੱਟ ਜਸਵਿੰਦਰ ਡੱਲੇਵਾਲ ਨੇ ਸਿੱਧੇ ਤੌਰ 'ਤੇ ਕਿਹਾ ਉਹਨਾਂ ਦੇ ਨਾਮ ਵੀ ਲਏ ਨੇ ਸਾਰੇ ਖੁੱਲ੍ਹ ਕੇ ਬੋਲੇ ਨੇ ਉਹ ਅਤੇ ਉਹ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੀ ਤੁਸੀਂ ਦੇਖੀ ਹੋਵੇਗੀ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਉਹ ਜਿਹੜਾ ਪੈਸਾ ਆਇਆ ਫੰਡ ਨੂੰ ਲੈ ਕੇ ਕਿ ਕਰੋੜਾਂ ਰੁਪਇਆ ਇਕੱਠਾ ਹੋਇਆ ਉੱਥੇ ਤਾਂ ਬਹੁਤ ਇਕੱਠਾ ਹੋਇਆ ਪੈਸਾ ਅਤੇ ਉਸ ਨੂੰ ਲੈ ਕੇ ਵੀ ਡੱਲੇਵਾਲ ਨੇ ਬੋਲਿਆ ਹੁਣ ਚਿੱਠੀ ਦੇ ਬਾਰੇ ਵੀ ਡੱਲੇਵਾਲ ਨੇ ਇਹ ਖੁਲਾਸੇ ਕੀਤੇ ਹੈ ਕਿ ਮੋਰਚਾ ਇੱਕ ਤਰ੍ਹਾਂ ਵੇਚਣ ਦੀ ਕੋਸ਼ਿਸ਼ ਸੀ ਪਹਿਲਾਂ ਹੀ ਵੇਖੋ ਗੱਲ ਸੁਣੋ ਜੇ ਤਾਂ ਮੈਂ ਫੰਡ ਵਾਲੀ ਗੱਲ 'ਤੇ ਆਵਾਂ ਫਿਰ ਤਾਂ ਮੈਨੂੰ ਲੱਗਦਾ ਵੀ ਹੋ ਸਕਦਾ ਗਲਤ ਹੋ ਸਕਦੀ ਗੱਲ ਪਹਿਲਾਂ ਮੈਂ ਤੁਹਾਨੂੰ ਫੰਡ ਦੀ ਗੱਲ ਕਲੀਅਰ ਕਰਦਾ ਫੰਡ ਕਿੰਨਾ ਆਇਆ 5 ਕਰੋੜ ਕਿੰਨੇ ਲੱਖ ਆਇਆ 6 ਕਰੋੜ ਕਿੰਨੇ ਲੱਖ ਆਇਆ ਹੁਣ ਇਸ ਤਰ੍ਹਾਂ ਪੂਰੀ ਮੇਰੇ ਕੋਲ ਨਹੀਂ ਫਿਕਰ ਹੈਗੀ ਵੀ ਮਤਲਬ ਜਿੰਨਾ ਵੀ ਆਇਆ ਉਹਨਾਂ ਨੇ ਇਹ ਗੱਲ ਕਹੀ ਮੇਰੇ ਬੜੇ ਸਤਿਕਾਰਯੋਗ ਨੇ ਮੈਂ ਅੱਜ ਵੀ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਕਿਉਂਕਿ ਅਸੀਂ ਇਕੱਠੇ ਚੱਲਦੇ ਰਹੇ ਰਾਸ਼ਟਰੀ ਕਿਸਾਨ ਮਹਾਸੰਘ ਦੇ ਅੰਦਰ ਵਧੀਆ ਲੀਡਰ ਨੇ ਐਸੀ ਗੱਲ ਨਹੀਂ ਕੋਈ ਸਾਡੇ ਭਰਾ ਨੇ ਬਹੁਤ ਵਧੀਆ ਲੀਡਰ ਨੇ ਪਰ ਜਿਹੜੀ ਉਹਨਾਂ ਨੇ ਆ ਗੱਲ ਕਹੀ ਹੈ ਨਾ ਵੀ ਕਰੋੜ ਦਾ 2-2, 4-4, 5-5, 6-6 ਕਰੋੜ ਰੁਪਈਆ ਜਥੇਬੰਦੀਆਂ ਕੋਲ ਪਹੁੰਚ ਗਿਆ ਮੈਂ ਆਪਣੀ ਗੱਲ ਕਰਦਾ ਆਪਣੀ ਗੱਲ ਕਰਦਾ ਵੀ ਮੇਰੇ ਨਾਲ ਜਿਹੜਾ ਮਰਜ਼ੀ ਕੋਈ ਭੇਜ ਦੇਣਾ ਆਗੂ ਜਿਹੜਾ ਮਰਜ਼ੀ ਆ ਜੇ ਮੇਰੇ ਨਾਲ ਬਹਿ ਜਾਣ ਗੁਰਦੁਆਰੇ ਬਹਿ ਜਾਣ ਜਿਹੜੇ 'ਚ ਮਰਜ਼ੀ ਬਹਿ ਜਾਣ ਠੀਕ ਹੈ ਜਿਹੜੇ ਵੀ ਧਰਮ ਨੂੰ ਮੰਨਦੇ ਜਿਹੜੇ ਇਸ਼ਟ ਨੂੰ ਮੰਨਦੇ ਆ ਜਿੱਥੇ ਵੀ ਬਹਿਣਾ ਹੋਵੇ ਹੈ ਨਹੀਂ ਵੀ ਸਾਨੂੰ ਆਣ ਕੇ ਦੱਸਣ ਵੀ ਕਿੰਨੇ ਲਏ ਆ ਮੇਰਾ ਖਿਆਲ 2-4 ਤਰਪਾਲਾਂ ਦੀ ਮੈਂ ਕਸਮ ਨਹੀਂ ਦੇ ਸਕਦਾ ਜਿਹੜੀਆਂ ਟਰਾਲੀਆਂ 'ਤੇ ਦਿੱਤੀਆਂ ਉੱਥੇ ਕਿਸੇ ਨੂੰ ਜਾਂ 10 ਲਾ ਲਓ ਹੈ ਨਾ 1 ਰੁਪਈਆ ਵੀ ਕੋਈ ਸਾਨੂੰ ਦੱਸ ਦੇਵੇ ਵੀ ਅਸੀਂ ਜਿਹੜਾ ਉੱਥੋਂ ਮੋਰਚੇ ਤੋਂ ਆਇਆ ਹੈ ਨੀਵੇਂ ਥਾਂ 'ਤੇ ਬਹਿ ਜਾਵਾਂਗੇ ਜੋ ਡਨ ਸੰਗਤ ਲਾਊਗੀ ਉਹ ਭਰਾਂਗੇ ਸਾਰੀ ਜ਼ਿੰਦਗੀ ਕਹਿ ਦੇਣ ਲਾਂਭੇ ਹੋ ਜਾਓ ਦੇਸ਼ ਨਿਕਾਲਾ ਦੇ ਦੇਣ ਤਾਂ ਵੀ ਝੱਲ ਲਵਾਂਗੇ ਵੀ ਦੇਸ਼ 'ਚੋਂ ਬਾਹਰ ਨਿਕਲ ਜਾਓ ਤੁਸੀਂ ਲੋਕਾਂ ਨਾਲ ਫਰਾਡ ਕੀਤਾ 1 ਰੁਪਈਆ ਵੀ ਕਿਸੇ ਤੋਂ ਲਿਆ ਵੇ ਐਵੇਂ ਕਹਿ ਦੇਣਾ ਗਲਤ ਗੱਲ ਆ ਇਹ ਬਿਲਕੁਲ ਅਸੀਂ ਆਪਣੀ ਭਰਦੇ ਹਾਂ ਇਸੇ ਤਰ੍ਹਾਂ ਇਕੱਲੀ ਇਕੱਲੀ ਜਥੇਬੰਦੀ ਤੋਂ ਗੱਲ ਕਹਾਈ ਜਾ ਸਕਦੀ ਹੈ ਇਹ ਇੱਕ ਦੂਜੇ 'ਤੇ ਚਿੱਕੜ ਨਾ ਸੁੱਟਣ ਇਹਦੇ ਨਾਲ ਅੰਦੋਲਨ ਬਦਨਾਮ ਹੁੰਦਾ ਆਉਣ ਵਾਲੇ ਸਮੇਂ 'ਚ ਜਦੋਂ ਵੀ ਕਦੀ ਅੰਦੋਲਨ ਲਾਉਣਾ ਪੈ ਜਾਂਦਾ ਲੋਕ ਫਿਰ ਇਹਨਾਂ ਦੇ ਸ਼ੱਕ ਦੀ ਨਿਗਰਾਨੀ ਵੇਖਣਗੇ ਪੰਜੀ ਨਹੀਂ ਕਿਸੇ ਨੇ ਦੇਣੀ ਪੈਸੇ ਬਗੈਰ ਅੰਦੋਲਨ ਨਹੀਂ ਚੱਲਦਾ ਅੰਦੋਲਨ ਤਾਂ ਹੁਣ ਤਾਰ ਪਿੱਡੋ ਚਲੋ ਅੰਦੋਲਨ ਤੁਸੀਂ ਜਿੱਤ ਗਏ ਵਧੀਆ ਗੱਲ ਆ ਲੋਕ ਵੀ ਸਮਰਥਨ ਪਰ ਆਹ ਗੱਲ ਹੈ ਨਾ ਇਹ ਗੱਲ ਟੈਲੀਵਿਜ਼ਨ ਦੇ ਉੱਤੇ ਆਪਾਂ ਤੁਹਾਡੇ ਵਾਲੇ ਤੇ ਜਾ ਕੇ ਮੈਂ ਕਿਸੇ ਤੇ ਚਿੱਕੜ ਸੁੱਟਾ ਮਾੜੀ ਗੱਲ ਆ ਤੁਸੀਂ ਬਹਿ ਕੇ ਗੱਲ ਕਰੋ ਜੇ ਸ਼ੱਕ ਹੈ ਇਸ ਦੇ ਪਿੱਛੇ ਇੱਕ ਕਾਰਨ ਕਿ ਤੁਸੀਂ ਜਿਹੜੀਆਂ 22-24 ਜਥੇਬੰਦੀਆਂ ਸਿਆਸਤ ਦੇ ਵਿੱਚ ਐਂਟਰੀ ਕਰ ਗਈਆਂ ਉਹ ਵੱਖ ਹੋ ਗਈਆਂ ਉਸ ਤੋਂ ਬਾਅਦ ਸੁਭਾਵਿਕ ਸੀ ਅਜਿਹੀਆਂ ਗੱਲਾਂ ਉੱਠਣੀਆਂ ਨਹੀਂ ਵੇਖੋ ਆਮ ਉੱਥੇ ਵੀ ਗੱਲਾਂ ਚੱਲਦੀਆਂ ਹੁੰਦੀਆਂ ਹਨ ਪਹਿਲਾਂ ਯਾਰ ਇਹ ਗੱਲਾਂ ਬਾਅਦ 'ਚ ਹੁੰਦੀਆਂ ਨੇ ਹੋਣੀਆਂ ਨੇ ਹੋਣਗੀਆਂ ਮੈਂ ਕਹਿੰਦਾ ਆਪਣੇ ਆਪ ਨੂੰ ਤੁਸੀਂ ਰੱਖੋ ਆਪਾਂ ਐਂ ਨਾ ਕਹੀਏ ਮੈਂ ਨਾ ਕਹਾਂ ਕਿ ਬੂਟਾ ਸਿੰਘ ਸ਼ਾਦੀਪੁਰ ਬਹੁਤ ਸਾਫ਼ ਆ ਬਾਕੀ ਸਾਰੇ ਖਰਾਬ ਨੇ ਇਹ ਨਹੀਂ ਗੱਲ ਕਹੂਗੀ ਜੇ ਆਪਾਂ ਅਗਲੇ ਕੰਨੀ ਉਂਗਲਾਂ ਕਰਦੇ ਹਾਂ 4 ਆਪਣੇ ਕੰਨੀ ਹੁੰਦੀਆਂ ਨੇ ਪਹਿਲਾਂ ਆਪਣੇ ਵੱਲ ਵੇਖਣਾ ਚਾਹੀਦਾ ਵੀ ਮੈਂ ਆਪਣੇ ਆਪ ਸਾਫ਼ ਹਾਂ ਆਪਣੇ ਆਪ ਨੂੰ ਸਾਫ਼ ਰੱਖ ਕੇ ਚਲੋ ਕਿਸੇ ਦਾ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਆਪਣੇ ਆਪ ਵੱਲ ਵੇਖ ਲਓ ਦੂਜਿਆਂ 'ਤੇ ਛੱਡ ਦਿਓ ਕਹਾਣੀ ਪਰਮਾਤਮਾ 'ਤੇ ਛੱਡੋ ਯਾਰ ਜਿਹੜਾ ਕਰੇਗਾ ਸੋ ਭਰੇਗਾ ਤੂੰ ਕਿਉਂ ਫਿਰੇ ਦੱਸ ਠੀਕ ਹੈ ਕਿ ਨਹੀਂ ਇਸ ਗੱਲ ਮੇਨ ਚੱਲਣੀ ਚਾਹੀਦੀ ਹੈ ਜਦੋਂ 2 ਵਾਰ ਮੇਰਾ ਖਿਆਲ ਇਹ ਰਮਿੰਦਰ ਨੇ ਉੱਥੋਂ ਅਨਾਊਂਸ ਕੀਤਾ ਹੈ ਨਾ ਕੀਤਾ ਨਾ ਉਹ ਪ੍ਰੈਸ 'ਚ ਵੀ ਆ ਗਿਆ ਅਗਰ ਜੇ ਕੋਈ ਗੱਲ ਹੈ ਆਪਣੇ ਕੋਲ ਤੇ ਆਪਾਂ ਨੂੰ ਅੰਦਰ ਬਹਿ ਕੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਅੰਦੋਲਨ ਲੜਿਆ ਗਿਆ ਹੈ ਜੇਕਰ ਕਿਤੇ ਅਲੱਗ ਅਲੱਗ ਜਥੇਬੰਦੀਆਂ ਦੇ ਤੌਰ 'ਤੇ ਅੰਦੋਲਨ ਲੜਿਆ ਜਾਂਦਾ ਇਹ ਕਦੀ ਜਿੱਤ ਨਹੀਂ ਸਕਦਾ ਇੱਕ ਪਰਿਵਾਰ ਦੀ ਤਰ੍ਹਾਂ ਅੰਜ ਇਕੱਠੇ ਰਹੇ ਨੇ ਤੇ ਤਾਂ ਇਹ ਅੰਦੋਲਨ ਜਿੱਤਿਆ ਗਿਆ 32 ਜਥੇਬੰਦੀਆਂ ਇਕੱਠੀਆਂ ਹੁੰਦੀਆਂ ਸੀ SKM ਇਕੱਠਾ ਹੁੰਦਾ ਸੀ ਜਿਹੜੀ ਕੋਈ ਗੱਲ ਕਰਦੇ ਸੀ ਰਾਏ ਤਿਆਰ ਕਰਕੇ ਅੰਦਰ ਜੋ ਮਰਜ਼ੀ ਹੁੰਦਾ ਸੀ ਬਾਹਰ ਆਪਾਂ ਇੱਕ ਗੱਲ ਕਰਦੇ ਹਾਂ ਤਾਂ ਜਿੱਤਿਆ ਗਿਆ ਅੰਦੋਲਨ ਤੇ ਅੱਜ ਵੀ ਜੇਕਰ ਹਿਸਾਬ ਦੇ ਵਿੱਚ ਆਪਾਂ ਨੂੰ ਕਮੀ ਲੱਗਦੀ ਮੈਂ ਨਾ ਹਿਸਾਬ ਹੋਣਾ ਚਾਹੀਦਾ ਜੇ ਕੋਈ ਹਿਸਾਬ 'ਚ ਕਿਸੇ ਨੂੰ ਸ਼ੱਕ ਹੈ ਜੇ ਮੈਨੂੰ ਸ਼ੱਕ ਹੈ ਤਾਂ ਮੈਂ ਵੀ ਕਹਾਂਗਾ ਇਮਰਾਨ ਮੈਂ ਆਪਣਾ ਕੋਈ ਕੰਮ ਹੈ ਵੀ ਇਮਰਾਨ ਆਪਾਂ ਬਹਿ ਕੇ ਕਰ ਲਈਏ ਇਹ ਗੱਲ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਬੈਠ ਕੇ ਜਿੱਥੇ ਸ਼ੱਕ ਆ ਉੱਥੇ ਬਹਿ ਕੇ ਕੱਢ ਲੈਣ ਤੁਹਾਡੀ ਕੋਈ ਲੋਕਾਂ 'ਚ ਜਾਓਗੇ ਗੱਲਬਾਤ ਹੋਈ ਕੋਈ ਡੱਲੇਵਾਲ ਜੀ ਨਾਲ ਕਿਸ ਤਰ੍ਹਾਂ ਤੁਸੀਂ ਬਿਆਨ ਦਿੱਤੇ ਨੇ ਚਿੱਠੀ ਨੂੰ ਲੈ ਕੇ ਜਾਂ ਫਿਰ ਤੁਸੀਂ ਫੰਡ ਨੂੰ ਲੈ ਕੇ ਕੋਈ ਗੱਲਬਾਤ ਹੋਈ ਨਾ ਮੇਰੀ ਗੱਲ ਨਹੀਂ ਹੋਈ ਵੇਖੋ ਹੋਰ ਤੁਹਾਡੀ ਜਿਵੇਂ ਹੁਣ ਤੁਸੀਂ 22-24 ਜਥੇਬੰਦੀ ਮੇਰੀ ਬਹਿਰੂ ਸਾਹਿਬ ਨਾਲ ਗੱਲ ਹੋਈ
ਵੀ ਇੱਕ ਰੁਪਈਆ ਤਾਂ ਯਾਰ ਕੋਈ ਸਾਬਤ ਕਰ ਦੇਵੇ ਸਾਡੀ ਦੋ ਦੀ ਆਪਸੀ ਗੱਲ ਹੋਈ ਚਿੱਠੀ ਬਾਰੇ ਵੀ ਕੋਈ ਗੱਲ ਹੋਈ ਚਿੱਠੀ ਵਾਲੀ ਹੈ ਨਹੀਂ ਯਾਰ ਗੱਲ ਕੋਈ ਚਿੱਠੀ ਵਾਲੀ ਹੁੰਦੀ ਸਾਨੂੰ ਵੀ ਪਤਾ ਹੁੰਦਾ ਮੈਂ ਕਹਿੰਦਾ ਜਿੰਨਾ ਬੰਦਿਆਂ ਕੋਲ ਚਿੱਠੀ ਦੀ ਕੋਈ ਹੈਗੀ ਹੈ ਨਾ ਗੱਲ ਉਹ ਗੱਲ ਅੱਗੇ ਲੈ ਕੇ ਆਉਣ ਉਹਦਾ ਕੋਈ ਪ੍ਰੂਫ ਲੈ ਕੇ ਆਉਣ ਫਿਰ ਆਪਾਂ ਪੁੱਛ ਲਵਾਂਗੇ ਉਹਨਾਂ ਨੂੰ ਹੁਣ ਦੂਜੀ ਗੱਲ ਹੈ ਵੀ ਸਰਕਾਰ ਗੱਲ ਸਾਰੇ ਨਾਲ ਕਰਦੀ ਰਹੀ ਹੈ ਐਸ ਕੇ ਐਮ ਦੇ ਹਰ ਇੱਕ ਬੰਦੇ ਨਾਲ ਮੇਰੇ ਖਿਆਲ ਮੁਤਾਬਕ ਗੱਲ ਹੋਈ ਹੈ ਮੇਰੇ ਨਾਲ ਵੀ ਗੱਲ ਰਾਜਨਾਥ ਸਿੰਘ ਦੀ ਗੱਲ ਹੁੰਦੀ ਰਹੀ ਔਰ ਰਾਜਨਾਥ ਸਿੰਘ ਜੀ ਨੂੰ ਮੈਂ ਇਹੀ ਕਿਹਾ ਮੈਂ ਜੀ ਤੁਸੀਂ ਐਂ ਕਰੋ ਹਾਂ ਤੁਸੀਂ ਬਹੁਤ ਕਿਸਾਨ ਆਗੂ ਹੋ ਬਹੁਤ ਵਧੀਆ ਹੋ ਬੜੇ ਸੁਲਝੇ ਲੀਡਰ ਹੋ ਤੁਸੀਂ ਇਹਨਾਂ ਨੂੰ ਰੱਦ ਕਰਾ ਦਿਓ ਹੂੰ ਔਰ ਉਹ ਵੀ ਇਹ ਗੱਲ ਕਹਿ ਰਹੇ ਹਨ ਕਹਿੰਦੇ ਇਹ ਸ਼ਾਦੀਪੁਰ ਜੀ ਹੋਣੀ ਨਹੀਂ ਗੱਲ ਪਰ ਚਲੋ ਤੁਸੀਂ ਆਪਣਾ ਜੋ ਤਿਆਰੀ ਕਰਨੀ ਹੈ ਨਾ ਜਿਹੜੀ ਲਿਸਟ ਤਿਆਰ ਕਰੋਗੇ ਜੋ ਆਪਣਾ ਮੈਟਰ ਤੁਸੀਂ ਸਾਨੂੰ ਦੇਣਾ ਲਿਖ ਕੇ ਉਹਦੇ ਵਿੱਚ ਇਹਨੂੰ ਰੱਦ ਵਾਸਤੇ ਪਾ ਦਿਓ ਅੱਛਾ ਇਹਨਾਂ ਨੇ ਕਿਹਾ ਵੇਖੋ ਬਹੁਤ ਵਧੀਆ ਕਹਿੰਦੇ ਰੱਦ ਵਾਸਤੇ ਪਾ ਦਿਓ ਠੀਕ ਹੈ ਅਸੀਂ ਉਹਨੂੰ ਵਿਚਾਰ ਲਵਾਂਗੇ ਤੁਸੀਂ 10 ਆ ਜਾਓ 5 ਆ ਜਾਓ 15 ਆ ਜਾਓ 20 ਆ ਜਾਓ ਆਪਾਂ ਬਹਿ ਕੇ ਕਰਦੇ ਹਾਂ ਲੇਕਿਨ ਹਰ ਇੱਕ ਆਗੂ ਕੋਲ ਹਰ ਇੱਕ ਆਗੂ ਜਿੰਨੇ ਸੀਗੇ ਮੇਰਾ ਖਿਆਲ ਹੈ ਇਕੱਲੇ ਇਕੱਲੇ ਕੋਲ ਇਕੱਲੇ ਇਕੱਲੇ ਲੀਡਰ ਨੇ ਗੱਲ ਹਰ ਇੱਕ ਨੇ ਕੀਤੀ ਹੈ ਪਰ ਆਹ ਚਿੱਠੀ ਵਾਲੀ ਜਿਹੜੀ ਗੱਲ ਨਾ ਇਹ ਨਵੀਂ ਨਿਕਲੀ ਹੈ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਚੈਨਲ ਦੇ ਜ਼ਰੀਏ ਕਰੂੰਗਾ ਜਿਹਦੇ ਕੋਲ ਕੋਈ ਪ੍ਰੂਫ ਹੈਗੇ ਨਾ ਪ੍ਰੂਫ ਲੈ ਆਵੇ ਆਪਾਂ ਉੱਤੇ ਗੌਰ ਕਰਾਂਗੇ ਪੁੱਛਾਂਗੇ ਕਿੰਨੇ ਕਿੰਨੇ ਲਿਖੀ ਤੇ ਕਿਉਂ ਲਿਖੀ ਚਾਰ ਬੰਦਿਆਂ ਦੇ ਨਾਮ ਲਏ ਜਾ ਰਹੇ ਨੇ ਤੇ ਚਿੱਠੀ ਵੀ ਉਹ ਬਕਾਇਦਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਚਿੱਠੀ ਵੀ ਦਿਖਾਈ ਗਈ ਆ ਕਿ ਅਮਿਤ ਸ਼ਾਹ ਨੂੰ ਲਿਖੀ ਗਈ ਆ ਚਿੱਠੀ ਨਹੀਂ ਫਿਰ ਐਸੀ ਜਿਹੀ ਗੱਲ ਹੁੰਦੀ ਮੈਨੂੰ ਲੱਗਦਾ ਕੱਲ ਮੈਂ ਡਿਬੇਟ ਤੇ ਸੀ ਕਿ ਫੂਲ ਸਾਹਿਬ ਸੀਗੇ ਸਾਡੇ ਭਰਾ ਨੇ ਵੱਡੇ ਫੂਲ ਸਾਹਿਬ ਸੀਗੇ ਨਾਲ ਸ਼ਾਇਦ ਉਹਨਾਂ ਕਰਦੇ ਨਹੀਂ ਸੀ ਗੱਲ ਪਰ ਮੇਰੇ ਖਿਆਲ ਦੇ ਮੁਤਾਬਕ ਕਿਤੇ ਇੱਧਰ ਉੱਧਰ ਸੱਜੇ ਖੱਬੇ ਨਾ ਫਿਰਦੀ ਹੋਵੇ ਚਿੱਠੀ ਉਹ ਫਿਰ ਹੈ ਨਹੀਂ ਮੈਨੂੰ ਲੱਗਦਾ ਜੇ ਹੋਈ ਤੇ ਵੈਸੇ ਪ੍ਰੂਫ ਉਹਨਾਂ ਨੂੰ ਲੈ ਆਉਣੇ ਚਾਹੀਦੇ ਨੇ ਕੱਢ ਕੇ ਵੀ ਆਹ ਵੇਖੋ ਆ ਚਿੱਠੀ ਇਹਨਾਂ ਨੇ ਲਿਖੀ ਹੈ ਫਿਰ ਆਪਾਂ ਉੱਤੇ ਗੱਲ ਕਰਾਂਗੇ ਕਰਨੀ ਚਾਹੀਦੀ ਹੈ ਜ਼ਰੂਰ ਕਰਾਂਗੇ ਜੇ ਕਿਸੇ ਨੇ ਅੰਦੋਲਨ ਚੱਲਣੇ ਨੂੰ ਖਰਾਬ ਕਰਨ ਦਾ ਯਤਨ ਕੀਤਾ ਜ਼ਰੂਰ ਕਰਾਂਗੇ ਤੁਸੀਂ ਸਮਰਥਨ ਦੇ ਰਹੇ ਹੋ ਜਿਹੜੇ ਜਥੇਬੰਦੀਆਂ ਸਿਆਸਤ ਦੇ ਵਿੱਚ ਐਂਟਰੀ ਕਰ ਰਹੀਆਂ ਨੇ ਤੇ ਕੁਝ ਕੁ ਨੇ ਜਿਹੜੇ ਜਿਵੇਂ ਜਗਜੀਤ ਸਿੰਘ ਡੱਲੇਵਾਲ ਹੋ ਗਏ ਦਰਸ਼ਨਪਾਲ ਹੋ ਰਹੀ ਦਰਸ਼ਨਪਾਲ ਹੋ ਗਏ ਤੇ ਹਾਲਾਂਕਿ ਕਾਂਗਰਸ ਦੇ ਨੇ ਜਿਹੜੇ ਨੇ ਲੀਡਰ ਨੇ ਕਾਂਗਰਸ ਦੇ ਯੂਥ ਆਗੂ ਨੇ ਜਿਹੜੇ ਪ੍ਰਧਾਨ ਨੇ ਵਰਿੰਦਰ ਢਿੱਲੋਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕਿਸਾਨ ਸਿਆਸਤ ਦੇ ਵਿੱਚ ਆ ਗਏ ਪਰ ਉਹ 750 ਕਿਸਾਨਾਂ ਦੀਆਂ ਸ਼ਹਾਦਤਾਂ ਨੂੰ ਭੁੱਲ ਗਏ ਜੇਕਰ ਸਿਆਸਤ ਕਰ ਰਹੇ ਨੇ ਤਾਂ ਉਹ ਸ਼ਹਾਦਤਾਂ ਦਾ ਅਪਮਾਨ ਕਰ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਸਿਆਸਤ ਦੇ ਵਿੱਚ ਆਏ ਹੋ ਤੁਸੀਂ ਐਂਟਰੀ ਕਰ ਰਹੇ ਹੋ ਰਾਸ਼ਟਰਪਤੀ ਰਾਜ ਲਾਗੂ ਕਰਾ ਲੈਣ ਫਿਰ ਇੱਥੇ ਜੇ ਇਹਨਾਂ ਨੂੰ ਵਧੀਆ ਚੰਗਾ ਲੱਗਦਾ ਤਾਂ ਇਹ ਗਲਤ ਗੱਲਾਂ ਨੇ ਅਸੀਂ ਇਲੈਕਸ਼ਨ ਲੜਦੇ ਹਾਂ ਤੇ ਉਹਨਾਂ ਦਾ ਅਪਮਾਨ ਹੁੰਦਾ ਹੈ ਜੇ ਇਹ ਇਲੈਕਸ਼ਨ ਵਰਿੰਦਰ ਹੁਣੀ ਲੜਦੇ ਨੇ ਤੇ ਫਿਰ ਸਹੀ ਗੱਲ ਆ ਇਹ ਗੱਲ ਨਹੀਂ ਹੈਗੀ ਉਹਨਾਂ ਦਾ ਮਤਲਬ ਤਾਂ ਕਹਿਣ ਦਾ ਇਹ ਹੈ ਨਾ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਉਹ ਨਹੀਂ ਕਿਸਾਨ ਹੀ ਸੀ ਉਹ ਸਾਡੇ ਕਿਸਾਨ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਐਸੀ ਗੱਲ ਕੋਈ ਨਹੀਂ ਵੀ ਅਸੀਂ ਉਹਨਾਂ ਦਾ ਅਪਮਾਨ ਕਰ ਰਹੇ ਹਾਂ ਇਹ ਤਾਂ ਇੱਕ ਗਲਤ ਗੱਲ ਹੈ ਲੋਕਾਂ ਦੇ ਵਿੱਚ ਪ੍ਰਚਾਰਨ ਵਾਲੀ ਗੱਲ ਆ ਅਸੀਂ ਉਹਨਾਂ ਦਾ ਵੇਖੋ ਅਸੀਂ ਆਪਣੇ ਤੌਰ 'ਤੇ ਜਿੰਨਾ ਚਿਰ ਉੱਥੇ ਬੈਠੇ ਰਹੇ ਹਾਂ ਸਾਡੇ ਨਾਲ ਸੰਤ ਮਹਾਂਪੁਰਸ਼ ਸੀਗੇ ਜਿਨ੍ਹਾਂ ਨੇ ਲੰਗਰ ਲਾਏ ਸੀਗੇ ਉਹਨਾਂ ਨਾਲ ਸਾਡੀ ਗੱਲ ਚੱਲਦੀ ਰਹੀ ਹੈ ਵੀ ਸਰਕਾਰਾਂ ਖਰੇ ਕਰਨ ਕਿ ਨਾ ਕਰਨ ਸਰਕਾਰਾਂ ਕਰਨ ਜਾਂ ਨਾ ਕਰਨ ਆਪਾਂ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਹੈ ਇੱਥੇ ਉਹ ਵੀ ਸਾਡੀਆਂ ਚਰਚਾਵਾਂ ਚੱਲ ਰਹੀਆਂ ਨੇ ਅਸੀਂ ਕਰ ਰਹੇ ਹਾਂ ਸਾਰਾ ਕੁਛ ਉਹਦੇ ਉੱਤੇ ਵੀ ਸਾਡੀ ਉਹ 'ਤੇ ਵੀ ਸਰਚ ਚੱਲਦੀ ਹੈ ਵੀ ਸਾਰਾ ਕੁਛ ਕਰਾਂਗੇ ਸਤਿਕਾਰ ਬਣਦਾ ਹੁਣ ਵੇਖੋ ਜਿਹੜਾ ਚੱਲਿਆ ਜਾਂਦਾ ਹੈ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਸਾਨੂੰ ਉਹਨਾਂ ਦੇ ਪਰਿਵਾਰ ਨਾਲੋਂ ਵੀ ਵੱਡਾ ਦੁੱਖ ਆ ਜਿਹਨਾਂ ਪਰਿਵਾਰਾਂ ਦੇ ਮੈਂਬਰ ਨੇ ਉਦੋਂ ਵੱਡਾ ਦੁੱਖ ਹੈ ਪਰ ਆਪਾਂ ਵਾਪਸ ਨਹੀਂ ਲਿਆ ਸਕਦੇ ਹੁਣ ਐਂ ਤਾਂ ਨਹੀਂ ਹੋ ਸਕਦਾ ਵੀ ਆਪਾਂ ਜੇ ਇੱਕ ਸਾਈਡ 'ਤੇ ਬਹਿ ਰਵਾਂਗੇ ਆਪਾਂ ਇਲੈਕਸ਼ਨ ਨਹੀਂ ਲੜਦੇ ਫਿਰ ਸਤਿਕਾਰ ਜ਼ਿਆਦਾ ਹੋਊਗਾ ਜੇ ਇਲੈਕਸ਼ਨ ਲੜਦੇ ਘੱਟ ਜੂਗਾ ਨਹੀਂ ਉਹ ਸਦਾ ਸਾਡੇ ਦਿਲ ਵਿੱਚ ਰਹਿਣਗੇ ਇਹ ਜਿੱਤ ਜਿਹੜੀ ਹੈ ਅਸੀਂ ਉਹਨਾਂ ਨੂੰ ਸਮਰਪਿਤ ਕੀਤੀ ਹੋਈ ਕਿ ਸ਼ਹੀਦਾਂ ਦੇ ਕਾਰਨ ਹੀ ਇਹ ਜਿੱਤ ਹੋਈ ਹੈ ਸਤਿਕਾਰ 'ਤੇ ਨਹੀਂ ਫਰਕ ਇਹ ਉਹਨਾਂ ਦੇ ਕਾਰਨ ਸ਼ਹੀਦਾਂ ਦੇ ਕਾਰਨ ਜਿੱਤ ਹੋਈ ਹੈ ਅਸੀਂ ਤਾਂ ਇੱਕ ਸਿਸਟਮ ਜਿਹੜਾ ਹੈ ਇਹ ਲੋਕਾਂ ਦੀ ਆਵਾਜ਼ ਉੱਤੇ ਅਸੀਂ ਉੱਠੇ ਹਾਂ ਬਿਲਕੁਲ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਇਲੈਕਸ਼ਨ ਲੜਨ ਦਾ ਮਰਾਨ ਜੀ ਜੇ ਅਸੀਂ ਇਲੈਕਸ਼ਨ ਲੜਨ ਦਾ ਜਿਵੇਂ ਇਹ ਕਰ ਰਹੇ ਨੇ ਕੁਛ ਬੰਦੇ ਪ੍ਰਚਾਰ ਵੀ ਜੇ ਸਾਡਾ ਇਲੈਕਸ਼ਨ ਦਾ ਪ੍ਰੋਗਰਾਮ ਹੁੰਦਾ ਅਸੀਂ ਉੱਥੋਂ ਬੈਠੇ ਪਾਰਟੀ ਪਹਿਲਾਂ ਹੀ ਇਹੀ ਲਾਂਚ ਕੀਤੀ ਹੁੰਦੀ ਉਹਦੀ ਤਿਆਰੀ ਕੀਤੀ ਹੁੰਦੀ ਆਪਣਾ ਚੋਣ ਨਿਸ਼ਾਨ ਲਿਆ ਹੁੰਦਾ ਤਿਆਰੀ ਕਰਕੇ ਹੁੰਦੇ ਬਿਲਕੁਲ ਕੋਈ ਤਿਆਰੀ ਨਹੀਂ ਕਹਿੰਦੇ ਨੇ ਵੀ ਉਮੀਦ ਨਹੀਂ ਸੀ ਨਾ ਕਿਸਾਨਾਂ ਨੂੰ ਕਿ ਇੰਨੀ ਛੇਤੀ ਇਹ ਖੇਤੀ ਕਾਨੂੰਨ ਰੱਦ ਹੋ ਜਾਣਗੇ ਨਹੀਂ ਨਹੀਂ ਜਿਸ ਦਿਨ ਦੇ ਰੱਦ ਹੋਏ ਨੇ ਹੁਣ ਤਾਂ ਅਸੀਂ ਤਾਂ ਲਾਂਚ ਤਾਂ ਪਰਸੋਂ ਕਰੀ ਹੈ ਜੀ ਤੇ ਕਿੰਨੀ ਤਰੀਕ ਦੇ ਰੱਦ ਹੋ ਗਿਆ ਇੱਕ ਗੱਲ ਹੋਰ ਆ ਇਹਦੇ ਵਿੱਚ ਤੁਸੀਂ ਚਲੋ ਸੰਯੁਕਤ ਸਮਾਜ ਮੋਰਚਾ ਬਣਾ ਲਿਆ ਪਰ ਹਾਲੇ ਤੱਕ ਸਿੰਬਲ ਨਹੀਂ ਮਿਲਿਆ ਟਾਈਮ ਜਿਹੜਾ ਚੋਣ ਜਾਬਤਾ ਕੁਝ ਦਿਨਾਂ ਦੇ ਵਿੱਚ ਲੱਗ ਜੂਗਾ ਕੀ ਲੱਗਦਾ ਜੇ ਇਹ 'ਚ ਉਹ ਫਿਰ ਉਹੀ ਗੱਲ ਹੈ ਨਾ ਜੇ ਸਾਡੀ ਕੋਈ ਤਿਆਰੀ ਹੁੰਦੀ ਮੈਂ ਉਹੀ ਜਵਾਬ ਦੇਣ ਦੇ ਰਿਹਾ ਵੀ ਸਾਡੀ ਤਿਆਰੀ ਹੁੰਦੀ ਅਸੀਂ ਪਹਿਲਾਂ ਕਰਦੇ ਪਹਿਲਾਂ ਕਰਕੇ ਤਿਆਰੀ ਆਪਣਾ ਚੋਣ ਨਿਸ਼ਾਨ ਅਲਰਟ ਕਰਾਉਂਦੇ ਚੋਣ ਕਮਿਸ਼ਨ ਕੋਲ ਸਾਡੀ ਪਾਰਟੀ ਰਜਿਸਟਰਡ ਹੁੰਦੀ ਉੱਥੇ ਸਾਡਾ ਕੋਈ ਨਹੀਂ ਸੀ ਵਿਚਾਰ ਇਹ ਤਾਂ ਲੋਕਾਂ ਦੀ ਆਵਾਜ਼ ਇੱਕਦਮ ਉੱਠੀ ਲੋਕਾਂ ਦੇ ਅੰਦਰ ਜੋਸ਼ ਸੀ ਲੋਕਾਂ ਨੇ ਇਹ ਗੱਲ ਆਖਿਆ ਵੀ ਸਿਸਟਮ ਬਹੁਤ ਗਲਤ ਹੋ ਚੁੱਕਿਆ ਸਰਕਾਰਾਂ ਲਾਲਚ ਦੇਣ ਲੱਗ ਗਈਆਂ ਵੀ ਪੰਜਾਬ ਦੀ ਜਵਾਨੀ ਨੂੰ ਵੀ ਤੁਸੀਂ ਪੜ੍ਹੋ ਪਲੱਸ ਟੂ ਕਰੋ ਪੈਸੇ ਚੱਕੋ ਅਤੇ ਬਾਹਰ ਜਾਓ
ਅਸੀਂ ਸੋਚਿਆ ਵੀ ਸਾਰਾ ਕੁਛ ਇੱਦਾਂ ਹੀ ਰਹੂਗਾ ਫਿਰ ਚਿੱਟੇ ਦੇ ਲਾਤੀ ਦੁਨੀਆ ਵੇਖੋ ਕਿੰਨਾ ਰੌਲਾ ਹੈ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਨਾ ਤੇ ਅਸੀਂ ਫਿਰ ਜਦੋਂ ਲੋਕਾਂ ਦੀ ਆਵਾਜ਼ ਉੱਠੀ ਹੈ ਲੋਕਾਂ ਨੇ ਆਵਾਜ਼ ਉਠਾਈ ਵੀ ਤੁਸੀਂ ਅੱਗੇ ਆਓ ਇੱਕ ਵਾਰ ਸਿਸਟਮ ਨੂੰ ਚੇਂਜ ਕਰਨਾ ਚਾਹੀਦਾ ਜੇਕਰ ਤੁਸੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਝਕਾ ਕੇ ਕਿਹੜੀ ਸਰਕਾਰ ਨੂੰ ਤੁਸੀਂ ਜ਼ਿੰਮੇਵਾਰ ਮੰਨ ਰਹੇ ਹੋ ਇਹ ਜਿਹੜੀ ਚਿੱਟੇ ਦੀ ਗੱਲ ਕਰੀ ਹੈ ਤੁਸੀਂ ਬਾਹਰ ਜਾਓ ਤੁਸੀਂ ਇਹ ਕਿਹੜੀ ਸਰਕਾਰ ਤੇ ਨਿਸ਼ਾਨਾ ਮੈਂ ਤੁਸੀਂ ਸਾਰਾ ਸਮਝਦੇ ਹੋ ਦੁਨੀਆ ਵਿੱਚ ਸਮਝਦੇ ਚੱਲ ਮੈਨੂੰ ਕੀ ਲੋੜ ਹੈ ਨਾ ਲੈਣ ਦੀ ਜਿਹਨੂੰ ਸੱਟ ਵੱਜਦੀ ਉਹਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਮਾਰੀ ਹੈ ਹਨਾ ਤੇ ਇਸ ਕਰਕੇ ਆਪਾਂ ਨੂੰ ਲੋੜ ਕੀ ਹੈ ਸਾਰੀ ਦੁਨੀਆ ਜਾਣਦੀ ਹੈ ਬਈ ਇਸ ਕਰਕੇ ਇਹ ਲੋਕਾਂ ਦੀ ਆਵਾਜ਼ ਉੱਤੇ ਅਸੀਂ ਆਏ ਹਾਂ ਅੱਗੇ ਤੇ ਲੋਕ ਪ੍ਰਵਾਨ ਕਰਨਗੇ ਉਹਨੂੰ ਇਹ ਵੀ ਗੱਲ ਨਾਲ ਆ ਲੋਕ ਪ੍ਰਵਾਨ ਕਰਨਗੇ ਮੈਨੂੰ ਅੱਜ ਹੁਣੇ ਦੱਸ ਰਿਹਾ ਸੀ ਮੇਰਾ ਸਾਥੀ ਕੋਈ ਕਿਸੇ ਆਗੂ ਨੇ ਕੋਈ ਗੱਲ ਕਹਿਤੀ ਹੋਣੀ ਹੈ ਲੋਕ ਉਹਨੂੰ ਮਤਲਬ ਜਵਾਬ ਦੇ ਰਹੇ ਨੇ ਲੋਕ ਉਹਨੂੰ ਆਪਣੇ ਵਿਊ ਦੇ ਕੇ ਜਵਾਬ ਦੇ ਰਹੇ ਨੇ ਵੀ ਕੀ ਗੱਲ ਸਾਰੀ ਜ਼ਿੰਦਗੀ ਠੇਕਾ ਲੈ ਲਿਆ ਵੀ ਸੜਕਾਂ 'ਤੇ ਲੜਦਾ ਸੀ ਸੜਕਾਂ 'ਤੇ ਬਹਿ ਕੇ ਡਾਂਗਾ ਖਾਂਦੇ ਰਹੀਏ ਅਸੀਂ ਉੱਥੇ ਜਾਓ ਜਿੱਥੇ ਕਾਨੂੰਨ ਤੁਹਾਡੇ ਖਿਲਾਫ਼ ਬਣਦੇ ਨੇ ਉੱਥੋਂ ਰੋਕ ਲਾਈਏ ਕਾਨੂੰਨਾਂ ਨੂੰ ਉਹਨਾਂ ਨੂੰ ਰੋਕ ਕੇ ਅਤੇ ਆਪਣੇ ਲੋਕਾਂ ਦੇ ਹੱਕਾਂ ਦੇ ਵਿੱਚ ਅਸੀਂ ਕਾਨੂੰਨ ਹੀ ਇਹੋ ਜਿਹੇ ਬਣਵਾਓ ਸਾਨੂੰ ਸੜਕਾਂ 'ਤੇ ਰੁਲਣਾ ਹੀ ਨਾ ਪਏ ਲੋਕ ਇਹ ਗੱਲਾਂ ਕਰਦੇ ਨੇ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਹੋਊਗਾ ਉਹ ਹੋਣਾ ਸਾਡੀ ਇਹੀ ਸੋਚ ਆ ਵੀ ਕਾਨੂੰਨ ਇੱਕ ਵਾਰ ਰੱਦ ਹੋ ਗਏ ਬੜੇ ਜ਼ੋਰ ਨਾਲ ਸਾਰਾ ਦੇਸ਼ ਇਕੱਠਾ ਹੋਇਆ ਐਮ ਐਸ ਪੀ ਦਾ ਰੇਟ ਕਾ ਉਹ ਤਾਂ ਬਰਕਰਾਰ ਆ ਤੁਹਾਡੀ ਅਸਲੀ ਲੜਾਈ ਜਿਹੜੀ ਉਹ ਤਾਂ ਹਾਲੇ ਖਤਮ ਨਹੀਂ ਹੋਈ ਤੁਸੀਂ ਸਿਆਸਤ ਦੇ ਵਿੱਚ ਆ ਗਏ ਵੇਖੋ ਇਹ ਗੱਲ ਆ ਉਹ ਸਿਆਸਤ 'ਚ ਆ ਕੇ ਵੀ ਕਰ ਸਕਦੇ ਹਾਂ ਅਸੀਂ ਉਹਦਾ ਕੋਈ ਚੱਕਰ ਨਹੀਂ ਹੈਗਾ ਦੁਬਾਰੇ ਸਾਰੇ ਇਕੱਠੇ ਹੋ ਸਕਦੀ ਸਾਰਾ ਕੁਛ ਹੋ ਜੂਗਾ ਜਿੱਦਣ 32 ਜਥੇਬੰਦੀਆਂ ਨੂੰ ਮੈਂ ਇਕੱਠਿਆਂ ਕਰਨ ਵਾਸਤੇ ਤੁਰਿਆ ਮੈਨੂੰ ਦੁਬਾਰੇ ਫਿਰ ਕਹਿਣੀ ਪੈ ਗਈ ਕੁਦਰਤ ਦਾ ਕ੍ਰਿਸ਼ਮਾ ਸੀ ਉਹ ਵੀ ਜਿਵੇਂ ਟਕੈਤ ਸਾਹਿਬ ਵਾਲਾ ਹੋਵੇ ਨਾ ਉਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਸੀ 4 ਅਗਸਤ ਨੂੰ ਜਿੱਦਣ ਮੈਂ ਚੱਲਿਆ ਲੋਕ ਟਿਕਤਰਾ ਕਰਦੇ ਸੀ 4 ਅਗਸਤ ਨੂੰ ਜਿੱਥੇ ਆਪਾਂ ਪੁੰਨਰ ਹੇੜੀ ਬੈਠੇ ਸੀ ਪੁੰਨਰ ਹੇੜੀ ਤੇ ਜਦੋਂ ਅਸੀਂ ਤੁਰਨ ਲੱਗੇ ਲੋਕ ਟਿਕਤਰਾ ਕਰਦੇ ਸੀ ਵੀ ਐਵੇਂ ਤੁਰ ਪੈਣੇ ਕਿੰਨੇ ਪੁੱਛਣਾ ਕਿੱਥੇ ਇਕੱਠੇ ਹੋਣ ਲੱਗੇ ਨੇ ਇਹ ਗੱਲ ਵੈਸੇ ਲੋਕਾਂ ਦੀ ਸਹੀ ਸੀਗੀ ਮਾੜੀ ਗੱਲ ਨਹੀਂ ਲੋਕ ਸੋਚਦੇ ਸਨ ਵੀ ਇੱਕ ਪਰਿਵਾਰ ਦੇ 4 ਮੈਂਬਰ ਨਹੀਂ ਇਕੱਠੇ ਹੁੰਦੇ ਇਹ ਐਵੇਂ 10 ਗੱਡੀਆਂ ਲੈ ਕੇ ਇੱਧਰ ਨੂੰ ਤੁਰ ਪੈਣੇ ਕਿੰਨੇ ਪੁੱਛਣਾ ਇਹਨਾਂ ਨੂੰ ਪਰ ਮੈਂ ਨਾ ਪਰਮਾਤਮਾ ਨੇ ਕਿਰਪਾ ਕੀਤੀ ਉਹ ਇਕੱਠੇ ਹੋ ਗਏ ਇਸੇ ਤਰ੍ਹਾਂ ਹੀ ਹੁਣ ਵੀ ਇਕੱਠੇ ਰਹਿਣਗੇ ਜੇ ਲੋੜ ਪਈ ਦੁਬਾਰੇ ਫਿਰ ਵੀ ਇਕੱਠੇ ਹੋਣਗੇ ਅੰਦੋਲਨ ਜਿਹੜੇ ਨੇ ਉਹ ਇਕੱਠਿਆਂ ਹੋਇਆਂ ਬਗੈਰ ਨਹੀਂ ਲੜੇ ਜਾ ਸਕਦੇ ਤੇ ਨਾ ਉਹ ਜਿੱਤੇ ਜਾ ਸਕਦੇ ਨੇ ਇਕੱਠਿਆਂ ਸਾਰਿਆਂ ਨੂੰ ਹੋਣਾ ਪਊਗਾ ਇਹ ਜਿਹੜਾ ਕੁਦਰਤੀ ਗੰਢ ਬੱਝ ਗਈ ਹੈ ਨਾ ਇਮਰਾਨ ਜੀ ਇਹ ਗੰਢ ਬੱਝੀ ਰਹਿਣੀ ਹੈ ਹੁਣ ਤੁਸੀਂ ਕਹਿ ਰਹੇ ਸੀ ਵੀ ਉਹ ਵਿਰੋਧ ਕਰ ਰਹੇ ਆ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਹੋਰ 5-4 ਦਿਨ ਤੱਕ ਦੇਖਿਓ ਸਾਡੇ ਨਾਲ ਹੋਣੇ ਨੇ ਸਾਰੇ ਇਕੱਠੇ ਕਰ ਲੈਣੇ ਨੇ ਅਸੀਂ ਹਰ ਇੱਕ ਦਾ ਤਰਲਾ ਕਰਾਂਗੇ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪਏ ਲੋਕਾਂ ਦੀ ਆਵਾਜ਼ ਹੈ ਆਪਾਂ ਲੋਕਾਂ ਦੀ ਆਵਾਜ਼ ਸੁਣਨੀ ਹੈ ਲੋਕਾਂ ਦੀ ਆਵਾਜ਼ 'ਤੇ ਅੰਦੋਲਨ ਚੱਲਿਆ ਸੀਗਾ ਆਪਾਂ ਲੋਕਾਂ ਦੀ ਆਵਾਜ਼ ਸੁਣ ਕੇ ਸੰਗਤ ਦੀ ਆਵਾਜ਼ ਸੁਣ ਕੇ ਜਨਤਾ ਦੀ ਆਵਾਜ਼ ਸੁਣ ਕੇ ਫੈਸਲਾ ਤਾਂ ਹੀ ਕੀਤੇ ਜਾਂਦੇ ਨੇ ਉਹ ਲੋਕ ਤੁਹਾਡੇ ਨਾਲ ਜਿਹੜੇ ਜਥੇਬੰਦੀਆਂ ਲੀਡਰ ਨੇ ਉਹ ਚਲੋ ਇਕੱਠੇ ਹੋ ਜਾਣਗੇ ਕਿ ਲੱਗਦਾ ਤੁਸੀਂ ਪਹਿਲਾਂ ਲੋਕ ਤੁਹਾਨੂੰ ਸਮਰਥਨ ਦੇ ਰਹੇ ਸੀ ਪੂਰਾ ਸਤਿਕਾਰ ਹੋਇਆ ਤੁਹਾਡਾ ਜਦੋਂ ਜਿੱਤ ਕੇ ਆਏ ਹੋ ਇੱਕ ਵੱਡੇ ਮੰਤਰੀ ਦੀ ਤਰ੍ਹਾਂ ਤੁਹਾਡਾ ਸਵਾਗਤ ਹੋਇਆ ਹਰ ਕਿਸੇ ਲੀਡਰ ਦਾ ਹਰ ਛੋਟੇ ਤੋਂ ਛੋਟੇ ਕਿਸਾਨ ਦਾ ਵੀ ਸਵਾਗਤ ਹੋਇਆ ਪਰ ਕੀ ਲੱਗਦਾ ਜੇਕਰ ਤੁਸੀਂ ਸਿਆਸਤਦਾਨ ਬਣ ਜਾਂਦੇ ਹੋ ਸੱਤਾ ਦੇ ਵਿੱਚ ਹੁੰਦੇ ਹੋ ਤੁਸੀਂ ਸਿਆਸਤਦਾਨ ਬਣਨ ਤੋਂ ਬਾਅਦ ਤੁਹਾਨੂੰ ਇੰਨਾ ਸਤਿਕਾਰ ਇੰਨਾ ਪਿਆਰ ਮਿਲੇਗਾ ਲੋਕਾਂ ਦਾ ਉਹ ਕੰਮ 'ਤੇ ਪਿਆਰ ਹੁੰਦਾ ਇਹ ਕੰਮ ਸੀ ਇੱਕ ਉਹ ਵੀ ਕੰਮ ਆ ਜੇ ਲੋਕਾਂ ਨੇ ਪਾਵਰ ਦਿੱਤੀ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਜੇ ਲੋਕਾਂ ਨੇ ਪਾਵਰ ਦਿੱਤੀ ਇਹ ਤੋਂ ਵੱਧ ਸਤਿਕਾਰ ਹੋਊਗਾ ਦੂਜੀ ਵਾਰ ਵੋਟ ਨਹੀਂ ਮੰਗਣ ਜਾਵਾਂਗੇ ਅਸੀਂ ਜੋ ਮਨ 'ਚ ਧਾਰੀ ਬੈਠੇ ਨਾ ਗੱਲ ਦੂਜੀ ਵਾਰ ਵੋਟ ਨਹੀਂ ਮੰਗਣ ਜਾਵਾਂਗੇ ਇੱਕੋ ਵਾਰ ਮੰਗਾਂਗੇ ਕਹਿ ਦਿਆਂਗੇ ਲੋਕਾਂ ਨੂੰ ਵੀ ਜੇ ਅਸੀਂ ਠੀਕ ਕੀਤਾ ਵੋਟ ਪਾਓ ਨਹੀਂ ਤਾਂ ਤੁਹਾਡਾ ਦਿਲ ਕਰਦਾ ਜਿੱਦਣ ਮਰਜ਼ੀ ਪਾ ਦਿਓ ਕੰਮ ਹੀ ਇਹੋ ਜਿਹਾ ਕਰਾਂਗੇ ਲੋਕ ਆਪਣੇ ਆਪ ਇਹ ਸਤਿਕਾਰ ਵੀ ਦੇਣਗੇ ਅਸੀਂ ਉਹਨਾਂ ਦਾ ਉਦੋਂ ਜ਼ਿਆਦਾ ਕਰਾਂਗੇ ਜਨਤਾ ਦਾ ਸਤਿਕਾਰ ਵੱਧ ਕਰੋਗੇ ਤਾਂ ਜਨਤਾ ਤੁਹਾਡਾ ਕਰੂਗੀ ਜੇ ਤੁਸੀਂ ਇਹੀ ਸੋਚਦੇ ਰਹੋ ਕਿ ਸਾਡਾ ਸਤਿਕਾਰ ਲੋਕ ਕਰਦੇ ਕਦੀ ਵੀ ਨਹੀਂ ਹੁੰਦਾ ਅਸੀਂ ਜਨਤਾ ਦਾ ਸਤਿਕਾਰ ਕਰਾਂਗੇ ਤੇ ਜਨਤਾ ਜਿਵੇਂ ਜਨਤਾ ਨੂੰ ਚੰਗਾ ਲੱਗੇ ਜਨਤਾ ਉਹਦੇ ਕਰੂਗੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੀਡਰ ਵੀ ਤੁਹਾਡੇ ਵਰਗੀਆਂ ਗੱਲਾਂ ਕਰਦੇ ਨੇ ਜਿਵੇਂ ਤੁਸੀਂ ਕਿਹਾ ਅਸੀਂ ਵੋਟ ਨਹੀਂ ਮੰਗਣ ਜਾਵਾਂਗੇ ਅਸੀਂ ਕੰਮ ਕਰਾਂਗੇ ਕੰਮ 'ਤੇ ਵੋਟ ਪਵੇਗੀ ਅਰਵਿੰਦ ਕੇਜਰੀਵਾਲ ਵੀ ਇਹੀ ਗੱਲ ਕਹਿੰਦੇ ਨੇ ਹੋਊਗਾ ਤੇ ਹੁਣ ਤੁਸੀਂ ਵੀ ਇਹੀ ਗੱਲ ਕਹਿ ਰਹੇ ਹੋ ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਹੋ ਤੁਹਾਡੇ ਹੱਥਾਂ 'ਚ ਪਾਵਰ ਆ ਜਾਂਦੀ ਆ ਫਿਰ ਤਾਂ ਬੂਟਾ ਜੀ ਫੋਨ ਚੱਕਣੋਂ ਵੀ ਹਟ ਜਾਂਦੇ ਨੇ ਕਦੀ ਵੀ ਨਹੀਂ ਜੀ ਮੈਨੂੰ ਅਗਲੇ ਦਿਨ ਫੋਨ ਆਇਆ ਇੱਕ ਇੱਧਰੋਂ ਮੈਂ ਕੁਝ ਮੈਂ ਨਾਮ ਨਹੀਂ ਲਊਂਗਾ ਇੱਥੇ ਜਥੇਬੰਦੀਆਂ ਦੇ ਲੀਡਰਾਂ ਦੀ ਗੱਲ ਕਰੂੰਗਾ ਹਾਲੇ ਉਹ ਤੁਹਾਡੇ ਨਾਲ ਨੇ ਉਹ 22 ਜਥੇਬੰਦੀਆਂ ਜਿਹੜੀਆਂ ਸਿਆਸਤ ਦੇ ਵਿੱਚ ਆਈਆਂ ਨੇ ਉਹਨੂੰ ਅਸੀਂ ਪਿਛਲੇ 2 ਦਿਨਾਂ ਤੋਂ ਫੋਨ ਕਰ ਰਹੇ ਹਾਂ 2-3 ਲੀਡਰ ਇੱਕ ਲੀਡਰ ਨਹੀਂ ਉਹ ਹੁਣ ਉਹਨਾਂ ਕੋਲ ਨੰਬਰ ਵੀ ਸੇਵ ਨੇ ਪਰ ਉਹ ਫੋਨ ਨਹੀਂ ਚੱਕਦੇ ਕਿ ਹਾਲੇ ਤਾਂ ਸਿਆਸਤ 'ਚ ਐਂਟਰੀ ਹੋਈ ਆ ਜਿੱਦਾਂ ਤੁਸੀਂ ਸੱਤਾ 'ਚ ਆ ਗਏ ਤੁਸੀਂ ਮੰਤਰੀ ਬਣ ਗਏ ਐਮ ਐਲ ਏ ਬਣ ਗਏ ਉਹ ਤਾਂ ਤੁਸੀਂ ਫਿਰ ਕੈਪਟਨ ਵਾਲੀ ਕਰਨ ਲੱਗ ਜਾਓਗੇ ਵੀ ਮਿਲੋਗੇ ਨਹੀਂ ਚਲੋ ਉਹ ਤਾਂ ਕੁਦਰਤ ਦੇ ਰੰਗ ਹੈਗੇ ਪਰ ਮੈਂ ਫੋਨ ਦੀ ਗੱਲ ਕਰਦਾ ਕਈ ਵਾਰ ਆਪੋ ਆਪਣਾ ਸੁਭਾਅ ਹੁੰਦਾ ਮੈਂ ਅੱਜ ਤੱਕ ਕਦੀ ਮੈਂ 24 ਘੰਟੇ ਫੋਨ ਨਹੀਂ ਬੰਦ ਕਰਦਾ ਇੱਕ ਗੱਲ ਮੇਰੇ ਕੋਲ ਰਾਤ ਨੂੰ ਇੱਕ ਦਿਨ 12 ਵਜੇ ਫੋਨ ਆ ਗਿਆ ਇੱਧਰੋਂ ਮੋਗੇ ਕੰਨੀਓ ਮੈਂ ਚੁੱਕਿਆ ਅਨਨੋਨ ਨੰਬਰ ਸੀਗਾ ਉਹਨੇ ਕਿਸੇ ਕੋਲ ਫੋਨ ਕਰਿਆ ਲੈ ਕੇ ਮੈਂ ਜਦੋਂ ਫੋਨ ਆਵੇ ਜੇ ਫਰਜ਼ ਕਰ ਲਓ ਆਪਾਂ ਉੱਠ ਰਹੇ ਹਾਂ ਕੱਟ ਗਿਆ ਮੈਂ ਉਹਨੂੰ ਬੈਕ ਕਾਲ ਕਰਨੀ ਹੈ ਭਾਵੇਂ ਰਾਤ ਦਾ ਟਾਈਮ ਕਿਹੜਾ ਵੀ ਹੋਵੇ ਤੜਕਾ ਹੈ ਪਿਛਲਾ ਟਾਈਮ ਹੈ ਵਿਚਲਾ ਆ ਜਦੋਂ ਮਰਜ਼ੀ ਫੋਨ ਆ ਗਿਆ ਮੈਂ ਉਹਨੂੰ ਬੈਕ ਕਾਲ ਕਰਦਾ ਜਦੋਂ ਮੈਂ
ਧੰਨਵਾਦ ਕਾਤੇ ਮੈਂ ਕਿੱਥੋਂ ਬੋਲਦੇ ਕਹਿੰਦਾ ਮੋਗੇ ਤੋਂ ਬੋਲਦਾ ਮੈਂ ਕਿਸੇ ਤੋਂ ਨੰਬਰ ਲਿਆ ਸੀ ਕਹਿੰਦਾ ਵੀ ਜਿੰਨਿਆਂ ਨੂੰ ਵੀ ਕਰ ਲਈਏ ਚੁੱਕਦੇ ਨੀ ਮਤਲਬ ਉਹਨੇ ਗੱਲ ਕਹੀ ਤੁਹਾਡੇ ਵਾਲੀ ਇਹ ਆਪੋ ਆਪਣਾ ਸੁਭਾਅ ਹੁੰਦਾ ਠੀਕ ਹੈ ਫੋਨ ਉਹ ਮੰਤਰੀ ਵੀ ਬਣ ਜਾਣ ਚੁੱਕਣਗੇ ਇਹ ਗੱਲ ਅਸੀਂ ਤੁਹਾਡੇ ਵਾਲੀ ਰੱਖ ਦਿਆਂਗੇ ਭਾਈ ਗੱਲ ਸੁਣੋ ਅੱਜ ਤੋਂ ਬਾਅਦ ਫੋਨ ਜ਼ਰੂਰ ਚੁੱਕਿਆ ਕਰੋ ਤੁਹਾਡੇ ਲਾਂਭੇ ਆਉਂਦੇ ਆ ਮੈਂ ਸਮਝ ਗਿਆ ਤੁਹਾਡੀ ਗੱਲ ਜਦੋਂ ਤੁਹਾਨੂੰ ਇਸ਼ਾਰਾ ਜਦੋਂ ਅਸੀਂ ਸਾਰਿਆਂ 'ਚ ਕਰ ਲਈ ਸਾਰਿਆਂ ਨੂੰ ਪਤਾ ਲੱਗ ਜੂਗਾ ਬਿਲਕੁਲ ਫੋਨ ਚੁੱਕਣਾ ਬਹੁਤਾ ਜ਼ਰੂਰੀ ਹੈ ਕਿਸੇ ਨੂੰ ਕੋਈ ਮਜਬੂਰੀ 'ਚ ਬੰਦਾ ਫਸਿਆ ਜੇ ਰਾਤ ਨੂੰ ਕਰੂਗਾ ਚਲੋ ਦਿਨ ਵਾਲਾ ਤਾਂ ਅਗਲਾ ਬਾਅਦ 'ਚ ਵੀ ਕਰਨਾ ਰਾਤ ਨੂੰ ਜੇ ਕੋਈ ਫਸਿਆ ਹੈ ਕਿਤੇ ਪਤਾ ਨਹੀਂ ਕਿੱਥੇ ਅੜ ਗਿਆ ਕੋਈ ਰਾਤ ਨੂੰ ਫੋਨ ਚੁੱਕਣਾ ਭਾਵੇਂ ਕੋਈ ਮੁੱਖ ਮੰਤਰੀ ਹੈ ਭਾਵੇਂ ਕੋਈ ਮੰਤਰੀ ਹੈ ਭਾਵੇਂ ਸਧਾਰਨ ਆ ਉਹਨੂੰ ਫੋਨ ਚੁੱਕਣਾ ਜ਼ਰੂਰੀ ਹੈ ਜੇ ਕੋਈ ਕਰਦਾ ਉਹ ਪਤਾ ਨਹੀਂ ਕਿਹੜੀ ਸਮੱਸਿਆ 'ਚ ਫਸਿਆ ਉਹ ਕੀ ਆ ਉਹ ਆਪਣੇ ਕੋਲ ਆਸ ਪਿਆ ਰੱਖਦਾ ਉਸ ਟਾਈਮ ਹਨਾ ਫੋਨ ਜ਼ਰੂਰੀ ਚੁੱਕਣਾ ਚਾਹੀਦਾ ਭਾਵੇਂ ਕਿੱਡੇ ਤੋਂ ਕਿੱਡਾ ਵੱਡੇ ਤੋਂ ਵੱਡਾ ਲੀਡਰ ਬਣ ਜਾਏ ਵੱਡੇ ਤੋਂ ਵੱਡਾ ਆਗੂ ਬਣ ਜਾਏ ਫੋਨ ਜ਼ਰੂਰ ਚੁੱਕਣਾ ਚਾਹੀਦਾ ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ ਹੁਣ ਅਸੀਂ ਸਾਡੀ ਕੋਸ਼ਿਸ਼ ਇਹੀ ਹੈ ਵੀ ਸੁਧਾਰ ਆ ਜਿਹੜਾ ਇਹ ਲੋਕਾਂ ਨੇ ਮੰਗ ਕੀਤੀ ਹੈ ਵੀ ਤੁਸੀਂ ਅੱਗੇ ਲੱਗ ਕੇ ਸੁਧਾਰ ਵਾਲੇ ਪਾਸੇ ਨੂੰ ਵਧੀਏ ਆਪਾਂ ਪੰਜਾਬ ਨੂੰ ਅੱਗੇ ਲਿਜਾਣ ਦੀ ਗੱਲ ਕਰੀਏ ਜੇਕਰ ਤੁਸੀਂ ਐਂਟਰੀ ਕਰਦੇ ਹੋ ਇਹਦੇ ਵਿੱਚ ਤੇ ਹੋ ਸਕਦਾ ਸੁਧਾਰ ਹੋ ਜਾਏ ਸੁਧਾਰ ਕਰਕੇ ਆਏ ਆ ਕੋਈ ਐਂਟਰੀ ਤੁਸੀਂ ਕਰਕੇ ਕਿਸੇ ਦੇ ਨਾਲ ਗੱਠਜੋੜ ਕਰੋਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੀ ਚਰਚਾ ਨੇ ਵੇਖੋ ਉਹ ਕੋਈ ਸਾਡੇ ਕੋਲ ਕੋਈ ਗੱਲ ਨਹੀਂ ਅਸੀਂ ਉਦੋਂ 117 ਸੀਟਾਂ ਜਿਹੜੀਆਂ ਨੇ 117 ਆਪਣਾ ਕਿਹਾ ਹੈ ਵੀ ਅਸੀਂ 117 ਸੀਟਾਂ ਤੇ ਇਲੈਕਸ਼ਨ ਲੜਾਂਗੇ ਤੇ ਉਮੀਦਵਾਰ ਹੋ ਜਾਣਗੇ ਘੱਟ ਸਮੇਂ ਦੇ ਵਿੱਚ ਨਹੀਂ ਵੇਖੋ ਹੈਂਡ ਸਮੱਸਿਆਵਾਂ ਹੈਗੀਆਂ ਨੇ ਸਮਾਂ ਲੱਗਦਾ ਹੈ ਆਖਿਰਕਾਰ ਕੋਈ ਗੱਲ ਨਹੀਂ ਇਹ ਸਾਰਾ ਕੁਛ ਹੋ ਜੂਗਾ ਹੁਣ ਤੁਹਾਡੇ ਖੜਿਆਂ ਖੜੇ ਮੇਰੇ ਕੋਲ 5-7 ਫੋਨ ਆ ਗਏ ਸੀ ਉੱਥੇ ਜਿੱਥੇ ਆਪਾਂ ਖੜੇ ਸੀਗੇ ਚਾਹ ਪੀ ਕੇ ਉੱਠੇ ਹਾਂ 5-7 ਫੋਨ ਆ ਗਏ ਜਥੇਬੰਦੀਆਂ ਜੀ ਮੇਰੀ ਟਿਕਟ ਜ਼ਰੂਰ ਰੱਖਿਓ ਮਤਲਬ ਇਹ ਹਾਲਾਤ ਨੇ ਪਹਿਲਾਂ ਲੋਕ ਕਹਿ ਰਹੇ ਨੇ ਕਿ ਯਾਰ ਸਾਡੀ ਟਿਕਟ ਨਾ ਕਿਤੇ ਕੱਟ ਜਾਏ ਸਾਡੀ ਰੱਖਿਓ ਮੈਂ ਯਾਰ ਕੋਈ ਗੱਲ ਨਹੀਂ ਜੇ ਨਾ ਕਿਤੋਂ ਮਿਲੂ ਮੈਂ ਆਪਣੇ ਵਾਲੀ ਛੱਡ ਦੂੰਗਾ ਤੁਹਾਨੂੰ ਦੇ ਦੇਗਾ ਠੀਕ ਹੈ ਕਿ ਨਹੀਂ ਐਡੀ ਕੋਈ ਗੱਲ ਨਹੀਂ ਹੈਗੀ ਤੁਸੀਂ ਮਤਲਬ ਤਕੜੇ ਹੋ ਕੇ ਜੁੜੇ ਰਹੋ ਜਿੱਥੇ ਜੁੜੇ ਹੋ ਜੁੜੇ ਰਹੋ ਟਿਕਟਾਂ ਦਾ ਨਾ ਰੱਖੋ ਜਿਵੇਂ ਕਾਂਗਰਸ 'ਚ ਕਲੇਸ਼ ਚੱਲ ਰਿਹਾ ਆਮ ਆਦਮੀ 'ਚ ਕਿਤੇ ਕਿਸਾਨ ਲੀਡਰ ਅੱਜ ਚੱਲੂਗਾ ਕਲੇਸ਼ ਨਹੀਂ 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 ਬਿਲਕੁਲ ਵੀ ਨਹੀਂ ਹੋਊਗਾ ਜੀ ਬਿਲਕੁਲ ਨਹੀਂ ਹੋਊਗਾ ਜਿਹੜੇ ਅੰਦੋਲਨ ਨਾਲ ਲੋਕ ਜੁੜੇ ਨੇ ਸਾਡਾ ਵੇਖੋ ਇੱਕ ਫਾਰਮੂਲਾ ਆ ਵੀ ਜਿਹੜੇ ਲੋਕ ਅੰਦੋਲਨ ਨਾਲ ਜੁੜੇ ਹੋਏ ਲੋਕ ਨੇ ਜਿਹਨਾਂ ਦੀ ਪਹਿਚਾਣ ਬਣੀ ਹੈ ਜਿਹੜੇ ਮੇਨ ਜਿਵੇਂ ਫਰਜ਼ ਕਰ ਲਓ ਡਾਕਟਰ ਸਵਾਹਿਮਾਨ ਦੀ ਗੱਲ ਕਰ ਲਓ ਤੁਸੀਂ ਹਨਾ ਇਹੋ ਜਿਹੇ ਲੋਕ ਵੀ ਨੇ ਕਾਰੋਬਾਰੀ ਜਿਨ੍ਹਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਆਪਣਾ ਸਾਰਾ ਕਾਰੋਬਾਰ ਬਾਹਰਲੀ ਕੰਟਰੀ 'ਚੋਂ ਛੱਡ ਕੇ ਇੱਥੇ ਆ ਕੇ ਜੁੜੇ ਰਹੇ ਮਤਲਬ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਉਹਨਾਂ ਲੜਨੀ ਨਹੀਂ ਲੜਨੀ ਉਹ ਲੱਗ ਲਿਆ ਕੁਦਰਤੀ ਮੇਰੇ ਧਿਆਨ 'ਚੋਂ ਹੀ ਆ ਗਏ ਵੀ ਲੜਨ ਦੇ ਆਪੇ ਲੜਨਾ ਅਸੀਂ ਕੌਣ ਦੇ ਅਸੀਂ ਨਹੀਂ ਅਸੀਂ ਟਿਕਟ ਦੇਣ ਵਾਲੇ ਨਹੀਂ ਮੇਰੇ ਕੁਦਰਤੀ ਉਹ ਧਿਆਨ 'ਚੋਂ ਹੀ ਆ ਗਿਆ ਵੀ ਸਵੇਮਾਨ ਨੇ ਬੜਾ ਬਹੁਤ ਵੱਡਾ ਉੱਥੇ ਯੋਗਦਾਨ ਪਾਇਆ ਮਤਲਬ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਹੱਕਦਾਰ ਨੇ ਇਸ ਚੀਜ਼ ਦੇ ਜਿਹਨਾਂ ਜਿਹੜੇ ਚਿਹਰਾ ਬਣ ਗਏ ਉੱਥੇ ਜਾ ਕੇ ਹਨਾ ਤੇ ਉਹੋ ਜਿਹੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਜ਼ਰੂਰੀ ਨਹੀਂ ਕਿ ਬੂਟਾ ਸਿੰਘ ਸ਼ਾਦੀਪੁਰ ਲੜੇ ਉਹੋ ਜਿਹੇ ਬੰਦੇ ਜਿਨ੍ਹਾਂ ਨੇ ਬੜੀ ਵੱਡੀ ਸੇਵਾ ਕੀਤੀ ਉਹੋ ਜਿਹੇ ਲੋਕਾਂ ਨੂੰ ਅੱਗੇ ਆ ਕੇ ਇਹ ਢਾਂਚਾ ਬਦਲਣਾ ਚਾਹੀਦਾ ਸਿਸਟਮ ਜਿਹੜਾ ਬਹੁਤ ਗਰਕ ਚੁੱਕਿਆ ਵੇਖੋ ਅੱਜ ਪੰਜਾਬ ਦੇ ਸਿਰ ਤੇ ਕਿੰਨਾ 3,00,000 ਕਰੋੜ ਦਾ ਕਰਜ਼ਾ ਹੈ ਕੋਈ ਪਾਰਟੀ ਇਹ ਗੱਲ ਨਹੀਂ ਕਹਿ ਰਹੀ ਵੀ ਅਸੀਂ ਕਰਜ਼ਾ ਲਾ ਕੇ ਜਵਾਨੀ ਨੂੰ ਕੋਈ ਸੇਧ ਦੇਵਾਂਗੇ ਜਵਾਨੀ ਆਪਣੇ ਘਰ ਬਹਿ ਕੇ ਕੰਮ ਕਰੇ ਆਪਣੇ ਘਰ ਬਹਿ ਕੇ ਆਪਣੇ ਪਰਿਵਾਰ ਨੂੰ ਪਾਲਣ ਦਾ ਉਹਦੇ ਕੋਲ ਪੂਰਾ ਸਿਸਟਮ ਹੋਵੇ ਵੀ ਆਪਣੇ ਪਰਿਵਾਰ 'ਚ ਬਹਿ ਕੇ ਉਹ ਆਪਣੇ ਬੱਚਿਆਂ ਨੂੰ ਪਾਲੇ ਤੇ ਹੁਣ ਬਾਹਰ ਨੂੰ ਭੇਜਣ ਦੀਆਂ ਗੱਲਾਂ ਚੱਲ ਰਹੀਆਂ ਨੇ ਪੰਜਾਬੀ ਪੰਜਾਬ ਤਾਂ ਅੱਗੇ ਖਾਲੀ ਹੋਇਆ ਪਿਆ ਪੰਜਾਬ ਬਹੁਤ ਜ਼ਿਆਦਾ ਜੇ ਦੁਆਬੇ ਵਾਲੇ ਚਲੇ ਜੀ ਆਪਣੇ ਜੇ ਘੱਟ ਆ ਉੱਧਰ ਤਾਂ ਲੋਕ ਮੇਰਾ ਖਿਆਲ ਘਰਾਂ ਦੇ ਘਰ ਖਾਲੀ ਹੋਏ ਪਏ ਨੇ ਇਸ ਕਰਕੇ ਇਹੋ ਜਿਹਾ ਕੋਈ ਸਿਸਟਮ ਬਣੇ ਲੋਕ ਮਜਬੂਰੀ ਬਸ ਬਾਹਰ ਨੂੰ ਨਾ ਜਾਣ ਮਰਜ਼ੀ ਨਾਲ ਜਾਣ ਮਜਬੂਰੀ ਨਾਲ ਨਾ ਜਾਣ ਤੁਸੀਂ ਕੀ ਢਾਂਚਾ ਤਿਆਰ ਕਰਿਆ ਕਿ ਲੋਕ ਤੁਹਾਨੂੰ ਸਮਰਥਨ ਵੀ ਦੇਣ ਲੋਕ ਤੁਹਾਡੀ ਗੱਲਾਂ 'ਤੇ ਵਿਸ਼ਵਾਸ ਵੀ ਕਰਨ ਅਤੇ ਲੋਕ ਤੁਹਾਨੂੰ ਵੋਟਾਂ ਵੀ ਪਾਉਣ ਕੀ ਤੁਸੀਂ ਸਾਰੀ ਰਣਨੀਤੀ ਬਣਾਈ ਆ ਉਹ ਤੁਹਾਡੇ ਕੋਲ ਕੁਝ ਦਿਨਾਂ ਦੇ ਅੰਦਰ ਜਿਹੜੀ ਸਾਡੀ ਕਮੇਟੀ ਬਣਾਈ ਉਹ ਤਿਆਰ ਕਰ ਦੂਗੀ ਉਹ ਤੁਹਾਡੇ ਕੋਲ ਸਾਹਮਣੇ ਸਾਰਾ ਕੁਝ ਨਸ਼ਰ ਕਰਾਂਗੇ ਅਸੀਂ ਇਹੀ ਕਰ ਰਹੇ ਹਾਂ ਕਿ ਨੌਜਵਾਨੀ ਨੂੰ ਕਿਵੇਂ ਬਚਾਇਆ ਜਾਵੇ ਕਾਰੋਬਾਰ ਕਿਵੇਂ ਖੜੇ ਕੀਤੇ ਜਾਣ ਸਿਹਤ ਸਹੂਲਤਾਂ ਲੋਕਾਂ ਨੂੰ ਕਿਸ ਤਰ੍ਹਾਂ ਦਿੱਤੀਆਂ ਜਾਣ ਵੀ ਜਿਹਦੇ ਵਿੱਚ ਹਰ ਇੱਕ ਬੰਦਾ ਚਾਹੇ ਵੱਡਾ ਚਾਹੇ ਛੋਟਾ ਹੈ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਵੱਡਾ ਹੈ ਚਾਹੇ ਕੋਈ ਮਿਹਨਤ ਕਰਨ ਵਾਲਾ ਦਿਹਾੜੀ ਕਰਦਾ ਹੈ ਮਜ਼ਦੂਰ ਆ ਕੋਈ ਵੀ ਹੈ ਦੁਕਾਨਦਾਰ ਹੈ ਵਪਾਰੀ ਹੈ ਛੋਟਾ ਮੁਲਾਜ਼ਮ ਆ ਹਰ ਇੱਕ ਨੂੰ ਸਹੂਲਤ ਜਿਹੜੀ ਹੈ ਸਿਹਤ ਦੀ ਮਿਲੇ ਅਤੇ ਸਿੱਖਿਆ ਜਿਹੜੀ ਹੈ ਉਹ ਜਿਹੜੀ ਸਿਹਤ ਅਤੇ ਸਿੱਖਿਆ ਇਹ ਜੇ ਕਿਤੇ ਕੋਈ ਵੀ ਸਟੇਟ ਆ ਜੇ ਉਹ ਫਰੀ ਕਰ ਦਿੰਦੇ ਨੇ ਅਤੇ ਉਹਦੇ ਨਾਲ ਲੋਕਾਂ ਦਾ ਬਹੁਤ ਵੱਡੇ ਪੱਧਰ 'ਤੇ ਹੁੰਦਾ ਆਟੇ ਦਾਲ ਚੌਲ ਵਾਲਾ ਜਿਹੜਾ ਸਿਸਟਮ ਹੈ ਚਲੋ ਠੀਕ ਹੈ ਹਰ ਇੱਕ ਨੇ ਆਪੋ ਆਪਣਾ ਇਹ ਖੇਡਿਆ ਹੋਇਆ ਪੱਤਾ ਇਹ ਚੀਜ਼ਾਂ ਵੀ ਚੱਲਦੀਆਂ ਨੇ ਲੇਕਿਨ ਇਹੋ ਜਿਹੀਆਂ ਚੀਜ਼ਾਂ ਜਿਹਨਾਂ ਦੀ ਬੜੀ ਵੱਡੀ ਜ਼ਰੂਰਤ ਆ ਜਿਹੜੇ ਲੋਕ ਆਪਣੀਆਂ ਕਰਵਾ ਨਹੀਂ ਸਕਦੇ ਇੱਦਾਂ ਦੀਆਂ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਹੁਣ ਅਸੀਂ ਅਗਲੇ ਦਿਨ ਗੱਲ ਕਰੀ ਸੀ ਪ੍ਰੈਸ ਕਾਨਫਰੰਸ ਵੀ ਕੀਤੀ ਮੇਰੇ ਨਾਲ ਲੱਖਾ ਬਾਈ ਸੀ ਹੈਂ ਵੀ ਕਿੰਨੇ ਲੋਕ ਬਾਹਰੋਂ ਲਿਆ ਕੇ ਰੱਖ ਲਏ 300 ਬੰਦਾ ਭਰਤੀ ਕਰ ਲਿਆ ਪੁਲਿਸ ਦੇ ਵਿੱਚ ਜਿਹਦੇ 'ਚ ਪੰਜਾਬ ਦਾ ਇੱਕ ਵੀ ਨਹੀਂ ਉਹ ਵੇਖੋ ਉਹ ਕਿੱਥੇ ਗਿਆ ਸਾਡਾ ਪੰਜਾਬ ਹੈ ਜਿਹੜਾ ਪੰਜਾਬ ਕਿੱਧਰ ਨੂੰ ਜਾਊਗਾ ਕੌਣ ਪੰਜਾਬ ਨੂੰ ਸੰਭਾਲੇਗਾ
ਉਦਨ ਵੀ ਅਸੀਂ ਸੀਐਮ ਸਾਹਿਬ ਨਾਲ ਰੱਖਣੀ ਸੀ, ਕੁਦਰਤੀ ਬੰਬ ਬਲਾਸਟ ਹੋ ਗਿਆ, ਉਹ ਮੇਰੀ ਡਿਊਟੀ ਸੀ ਉਹਦੇ ਉੱਤੇ, ਉਹਦੇ ਉੱਤੇ ਅਸੀਂ ਬੋਲਣਾ ਸੀ, ਦੱਸੋ ਵੀ ਇਹਦਾ ਤੁਸੀਂ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਅੱਜ ਤੱਕ, ਕਰੋ। ਫਿਰ ਪੰਜਾਬ ਨੂੰ ਬਾਹਰਲੀਆਂ ਸਟੇਟਾਂ ਵਾਲੀਆਂ ਕਰ ਰਹੇ ਨੇ, ਕੋਈ 80% ਦੇ ਰਿਹਾ, ਕੋਈ 70% ਦੇ ਰਿਹਾ। ਅਸੀਂ ਵੀ ਕਿਹਾ ਸੀ ਵੀ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ 80% ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ, 80% ਪੰਜਾਬ ਦੇ ਲੋਕਾਂ ਦਾ ਸ਼ੇਅਰ ਚਾਹੀਦਾ, ਅਤੇ ਬਾਕੀ ਬਾਹਰੋਂ ਰੱਖ ਲਓ, ਉੱਪਰਲੇ ਜਿੰਨੇ ਰੱਖਣੇ। ਬੁੱਟਾ ਜੀ, ਇੱਕ ਗੱਲ ਹੋਰ ਆ, ਜਿਵੇਂ ਆਪਾਂ ਅਕਸਰ ਹੀ ਗੱਲਬਾਤ ਕਰਦੇ ਸੀ ਪਹਿਲਾਂ ਵੀ ਇੰਟਰਵਿਊਆਂ ਦੇ ਵਿੱਚ, ਤੁਹਾਡੇ ਤੱਕ ਜ਼ਿਕਰ ਹੁੰਦਾ ਸੀ ਭਾਜਪਾ ਦੇ ਲੀਡਰ ਨੇ ਜਿਹੜੇ ਹਰਜੀਤ ਗਰੇਵਾਲ, ਹਰਜੀਤ ਗਰੇਵਾਲ ਹੋਣ ਹੋਰ ਵੀ ਨੇ, ਉਹ ਹਮੇਸ਼ਾ ਇਹ ਗੱਲ ਕਹਿੰਦੇ ਸੀ ਕਿ ਕਿਸਾਨ, ਜਦੋਂ ਅੰਦੋਲਨ ਚੱਲ ਰਿਹਾ ਸੀ ਉਦੋਂ ਦੀ ਗੱਲ ਆ ਇਹ, ਕਿ ਕਿਸਾਨ ਨੇ ਇਹਨਾਂ ਦੀ ਮਨਸ਼ਾ ਸਿਰਫ ਅਤੇ ਸਿਰਫ ਸਿਆਸਤ ਦੇ ਵਿੱਚ ਆਉਣਾ। 2022 ਕਹਿੰਦੇ ਇਹਨਾਂ ਨੂੰ ਨਿਸ਼ਾਨਾ, ਇਹਨਾਂ ਦਾ 2022 ਦਿਖ ਰਿਹਾ ਇਹਨਾਂ ਨੂੰ, ਹੋਰ ਕੁਛ ਨਹੀਂ, ਅਤੇ ਉਹ ਗੱਲਾਂ ਕਿਤੇ ਨਾ ਕਿਤੇ ਅੱਜ ਸੱਚ ਹੁੰਦੀਆਂ ਵੀ ਨਜ਼ਰ ਆ ਰਹੀਆਂ ਨੇ। ਚਲੋ ਵੇਖੋ, ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ ਅਮਰਾਨ ਜੀ, ਉਹ ਅਸੀਂ ਤਾਂ ਜੇ ਉਹਨਾਂ ਨੇ ਰੱਦ ਕਰਤੇ ਕਾਨੂੰਨ ਅਤੇ ਲੋਕਾਂ ਨੇ ਇਹ ਗੱਲ ਚੱਕੀ, ਜਨਤਾ ਨੇ ਗੱਲ ਚੁੱਕੀ ਭਾਈ ਆਪਾਂ ਨੂੰ ਤੁਹਾਨੂੰ ਇੱਧਰ ਆ ਕੇ ਇਸ ਪਾਸੇ ਸੁਧਾਰ ਕਰਨਾ ਚਾਹੀਦਾ। ਵੇਖੋ ਪਬਲਿਕ ਨੂੰ, ਜਨਤਾ ਨੂੰ ਇਸ ਗੱਲ 'ਤੇ ਕੁਛ ਵਿਸ਼ਵਾਸ ਹੋਇਆ, ਕੋਈ ਗੱਲ ਬਣਦੀ ਤਾਂ ਹੀ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਲੋਕਾਂ ਨੂੰ ਕੀ ਦੱਸੋਗੇ, ਲੋਕ ਤੁਹਾਨੂੰ ਵੋਟ ਪਾਉਣਗੇ, ਹੈ ਨਾ। ਉਹ ਅਸੀਂ ਪੱਤੇ ਉੱਦਣ ਹੀ ਖੋਲ੍ਹਾਂਗੇ ਜਿੱਦਣ ਸਾਡਾ ਚੋਣ ਮੈਨੀਫੈਸਟੋ ਆਊਗਾ। ਸਾਡੇ ਕੋਲ ਤਾਂ ਖਜ਼ਾਨੇ 'ਚ ਕੁਛ ਵੀ ਨਹੀਂ। ਮੈਂ ਹਾਂ ਜੀ ਬਿਲਕੁਲ, ਖਜ਼ਾਨਾ ਭਰਿਆ ਭਰਾਇਆ ਹੋਊਗਾ, ਭਰਿਆ ਭਰਾਇਆ ਆਪ ਵੀ ਭਰਾਂਗੇ, ਅਤੇ ਜੇ ਸਾਡੇ ਕੋਲ ਪਾਵਰ ਆਏ ਜਿੱਦਣ ਛੱਡ ਕੇ ਜਾਵਾਂਗੇ ਉੱਦਣ ਵੀ ਭਰਿਆ ਹੀ ਛੱਡ ਕੇ ਜਾਵਾਂਗੇ ਅਗਲਿਆਂ ਵਾਸਤੇ, ਖਾਲੀ ਹੁੰਦਾ ਹੀ ਨਹੀਂ ਖਜ਼ਾਨਾ ਕਦੀ ਵੀ, ਜੇਕਰ ਨੀਅਤ ਸਾਫ਼ ਹੋਵੇ। ਕੀ ਗੱਲ ਕਰ ਰਹੇ ਸੀ ਹੁਣ ਗਰੇਵਾਲ ਜੀ ਦੀ? ਗਰੇਵਾਲ ਜੀ ਦੀ, ਗਰੇਵਾਲ ਵੀ ਸਾਡੇ ਭਰਾ ਨੇ, ਗਰੇਵਾਲ ਸਾਹਿਬ ਨੇ ਵੈਸੇ ਵੇਖੋ, ਚਲੋ ਜਿੱਦਾਂ ਮਰਜ਼ੀ ਚੱਲਦਾ ਰਿਹਾ ਅੰਦੋਲਨ ਦੇ ਕਾਰਨ, ਉਹ ਵਿੱਚ ਜਦੋਂ ਅੰਦੋਲਨ ਚੱਲ ਰਿਹਾ ਸੀ ਉਹਨਾਂ ਦੀ ਪਾਰਟੀ ਦੀ ਗੱਲ ਕਰਨੀ ਹੈ, ਉਹਨਾਂ ਦਾ ਫਰਜ਼ ਬਣਦਾ, ਉਹਨੇ ਆਪਣੀ ਪਾਰਟੀ ਦੇ ਲਾਈਨ ਜਿਹੜੀ ਉਹਦੇ ਅੰਦਰ ਰਹਿਣਾ, ਹੈ ਨਾ, ਉਹਨਾਂ ਦਾ ਹੱਕ ਸੀਗਾ। ਜੇ ਕਾਨੂੰਨ ਰੱਦ ਨਾ ਹੁੰਦੇ ਅਸੀਂ ਬਿਲਕੁਲ ਨਹੀਂ ਸੀ ਆਉਣਾ, ਹੈ ਕਿ ਨਹੀਂ? ਅਤੇ ਇਹਦੇ ਗਰੇਵਾਲ ਜੀ ਨੂੰ ਮੁਬਾਰਕਬਾਦ ਦਿੰਦੇ, ਉਹਨਾਂ ਨੇ ਰੱਦ ਕਰਾਤੇ ਆ, ਅਤੇ ਇਹ ਜਿਹੜਾ ਲੋਕਾਂ ਨੇ ਆਵਾਜ਼ ਚੁੱਕੀ, ਜਨਤਾ ਨੇ ਆਵਾਜ਼ ਚੁੱਕੀ ਵੀ ਜੇਕਰ ਤੁਸੀਂ ਐਡੀ ਤਾਕਤਵਰ ਸਰਕਾਰ ਨੂੰ ਹਰਾ ਕੇ ਅਤੇ ਆ ਕਾਨੂੰਨ ਵਾਪਸ ਕਰਾ ਸਕਦੇ ਹੋ, ਤਾਂ ਤੁਸੀਂ ਪੰਜਾਬ ਦਾ ਵੀ ਕੁਛ ਕਰ ਸਕਦੇ ਹੋ, ਅੱਗੇ ਆਓ, ਅਸੀਂ ਜਨਤਾ ਦੀ ਆਵਾਜ਼ 'ਤੇ ਆਏ। ਜਿਵੇਂ ਤੁਹਾਡਾ, ਤੁਸੀਂ ਜਾਂ ਤੁਹਾਡੇ ਨਾਲ ਦੇ ਲੋਕ ਸਿਆਸਤਦਾਨਾਂ ਦਾ ਵਿਰੋਧ ਕਰਦੇ ਸੀ ਪਿੰਡਾਂ 'ਚ, ਸਵਾਲ ਪੁੱਛਦੇ ਸੀ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਵੀ ਲੋਕ ਸਵਾਲ ਪੁੱਛਣਗੇ, ਤੁਹਾਡਾ ਵੀ ਵਿਰੋਧ ਹੋ ਸਕਦਾ, ਵਿਰੋਧ ਹੋ ਵੀ ਸਕਦਾ ਅਤੇ ਹੋ ਵੀ ਰਿਹਾ? ਕੁਝ ਲੋਕ ਹੁਣ ਤੋਂ ਹੀ ਸੋਸ਼ਲ ਮੀਡੀਆ ਤੁਸੀਂ ਦੇਖਿਆ ਹੋਵੇਗਾ, ਹੁਣ ਤੋਂ ਕਹਿ ਰਹੇ ਨੇ ਕਿ ਹਾਂ ਵਾਕਈ ਉਹ ਤਾਂ ਕਿਸਾਨ ਲੀਡਰਾਂ ਦੇ ਕਰਕੇ ਅਸੀਂ ਸਮਰਥਨ ਕਰਦੇ ਸੀ, ਕਿਸਾਨਾਂ ਕਰਕੇ, ਪਰ ਹੁਣ ਸਿਆਸਤਦਾਨ ਨੇ, ਸਿਆਸਤਦਾਨਾਂ ਅਸੀਂ ਕੋਈ ਸਮਰਥਨ ਨਹੀਂ ਕਰਦੇ। ਨਹੀਂ ਬਿਲਕੁਲ, ਵੇਖੋ ਜੇ ਕੋਈ ਵਿਰੋਧ ਵਾਲਾ ਹੀ ਕੰਮ ਕਰਾਂਗੇ ਤਾਂ ਲੋਕਾਂ ਦਾ ਹੱਕ ਬਣਦਾ, ਪਬਲਿਕ ਦਾ ਹੱਕ ਬਣਦਾ ਵਿਰੋਧ ਕਰਨਾ, ਸਿੱਧੇ ਰਹਿ ਜੇ ਅਸੀਂ ਪੁੱਠੇ ਰਹਿ ਤੁਰਾਂ ਦੇ ਕੰਨੋਂ ਫੜ ਕੇ ਸਿੱਧੇ ਰਹਿ ਕਰਨ ਦਾ ਹੱਕ ਆ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਕਰਨ, ਠੀਕ ਹੈ, ਜੇ ਕੋਈ ਇਹੋ ਜਿਹਾ ਕੰਮ ਕਰਾਂਗੇ ਤਾਂ ਕਰਨਗੇ, ਅਤੇ ਜੇ ਅਸੀਂ ਮੌਕਾ ਹੀ ਨਾ ਦਿੱਤਾ, ਜੇ ਉਹਨਾਂ ਸਾਨੂੰ ਪਾਵਰ ਦਿੱਤੀ ਅਸੀਂ ਮੌਕਾ ਹੀ ਨਾ ਦਿੱਤਾ, ਫਿਰ ਤਾਂ ਨਾ ਵਿਰੋਧ ਕਰਦੇ, ਅਸੀਂ ਮੌਕਾ ਹੀ ਨਹੀਂ ਦੇਣਾ ਬਿਲਕੁਲ ਵੀ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਜੇਕਰ ਜਨਤਾ ਸਾਨੂੰ ਇਹ ਸੁਧਾਰ ਦੇ ਵਿੱਚ ਮੌਕਾ ਦਿੰਦੀ ਹੈ ਵੀ ਤੁਸੀਂ ਪੰਜਾਬ ਦਾ ਸੁਧਾਰ ਕਰੋ, ਅੱਗੇ ਲੱਗੋ, ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦੂਜੀ ਵਾਰ ਵੋਟ ਮੰਗਣ ਨਹੀਂ ਜਾਵਾਂਗੇ ਬਿਲਕੁਲ ਵੀ। ਜੇ ਕੰਮ ਕਰੇ ਹੋਣਗੇ ਤਾਂ ਪਬਲਿਕ ਕਹੂਗੀ ਭਾਈ ਤੁਸੀਂ ਉਹ ਤੁਹਾਨੂੰ ਵੋਟ ਪਾਉਣੀ ਹੈ, ਜੇ ਮਾੜੇ ਕੰਮ ਹੋਣਗੇ ਸਾਡੇ ਤਾਂ ਲੋਕ ਆਖਣਗੇ ਚੱਲ ਦੇ ਬਣੋ, ਇੱਦਾਂ ਹੋਊਗਾ ਬਿਲਕੁਲ। ਇੱਦਾਂ ਪਹਿਲਾਂ ਮੈਂ ਇੱਕ ਗੱਲ ਕੀਤੀ, ਸਵਾਲ ਗਿਆ ਸੀ ਗੱਠਜੋੜ ਕਿਹਦੇ ਨਾਲ ਕਰੋਗੇ? ਗੱਠਜੋੜ ਦੀ ਅਜੇ ਮੈਂ ਤੁਹਾਨੂੰ ਦੱਸਿਆ ਕੋਈ ਗੱਲ ਨਹੀਂ ਜੀ, ਵੇਖੋ ਇੱਕ ਨਾ ਕੋਈ ਵੀ ਪਾਰਟੀ ਹੁੰਦੀ ਹੈ, ਪਾਰਟੀਆਂ ਅਧਿਕਾਰ ਦਿੰਦੀਆਂ ਨੇ, ਹੈ ਨਾ, ਅਤੇ ਸਾਡੀ ਵੀ ਇੱਕ ਹੁਣ ਇਸ ਟਾਈਮ ਆਪਾਂ ਜੋ ਮਰਜ਼ੀ ਕਹੀਏ ਪਾਰਟੀ ਤਾਂ ਬਣ ਗਈ, ਸਾਡਾ ਮੋਰਚਾ, ਸਾਡਾ ਮੋਰਚਾ ਬਣਿਆ, ਅਤੇ ਸਾਡੇ ਮੋਰਚੇ ਦੇ ਵੀ ਆਗੂ ਨੇ ਰਾਜੇਵਾਲ ਜੀ, ਰਾਜੇਵਾਲ ਜੀ ਨੂੰ ਚੰਗਾ ਲੱਗੂਗਾ ਜੋ ਕਰਨਗੇ, ਅਸੀਂ ਤਾਂ ਉਹਨਾਂ ਪਿੱਛੇ ਆ ਉਹਨਾਂ ਦੇ, ਯਾਨੀ ਕਿ ਗੱਠਜੋੜ ਤਾਂ ਹੋਊਗਾ? ਨਹੀਂ ਉਹ ਦੱਸ ਸਕਦੇ ਨੇ, ਮੈਂ ਨਹੀਂ ਕੁਛ ਕਹਿ ਸਕਦੇ ਇਹਦੇ ਬਾਰੇ, ਉਹ ਰਾਜੇਵਾਲ ਜੀ ਦੱਸ ਸਕਦੇ ਨੇ ਵੀ ਹੋਣਾ ਕਿ ਨਹੀਂ, ਸਾਨੂੰ ਤਾਂ ਜਿੱਧਰ ਨੂੰ ਉਹਨਾਂ ਨੇ ਤੋਰਿਆ ਅਸੀਂ ਤੁਰ ਪੈਣਾ, ਉੱਧਰ ਨੂੰ ਅਸੀਂ ਤਾਂ ਉਸੇ ਤਰ੍ਹਾਂ ਤੁਰ ਰਹੇ ਹੁਣ, ਕਿਉਂ ਜਦੋਂ ਇਹ ਕੰਮ ਤਾਂ ਹੀ ਚੱਲਦੇ ਨੇ ਜੇ ਆਪਾਂ ਮੋਰਚਾ ਜਿੱਤਿਆ ਹੀ ਨਾ, ਉੱਥੇ ਵੀ ਦੋ ਤਿੰਨ ਆਗੂ ਸੀਗੇ ਬਣਾਏ ਸਾਡੇ ਮੇਨ, ਜਿਹੜੇ ਜਾ ਕੇ ਜਦੋਂ ਸਰਕਾਰ ਨਾਲ ਗੱਲ ਕਰਦੇ 40 ਬਹਿੰਦੇ ਸੀ, ਗੱਲਾਂ ਦੋ ਤਿੰਨ ਜਣੇ ਕਰਦੇ ਸੀ, ਅਤੇ ਕੋਈ ਵੀ ਕਾਮਯਾਬੀ ਹਾਸਲ ਕਰਨ ਵਾਸਤੇ ਜੇ ਸਾਰੇ ਆਪਾਂ ਉੱਥੇ ਅੰਦਰ ਕਾਂਵਾਂ ਰੌਲੀ ਪਾਈ ਜਾਂਦੇ ਤਾਂ ਅਗਲਾ ਵੀ ਕਹਿੰਦਾ ਯਾਰ ਤਾਂ ਪਤਾ ਨਹੀਂ ਕਿੱਥੋਂ ਆ ਗਿਆ ਟੋਲਾ, ਹੈ ਨਾ, ਇਸ ਕਰਕੇ ਕਮਲਾ ਉਹ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਆ, ਇਸ ਕਰਕੇ ਸਾਨੂੰ ਹੁਣ ਜਿਹੜਾ ਅਸੀਂ ਮੋਰਚਾ ਤਿਆਰ ਕੀਤਾ ਉਹਦੇ ਵਿੱਚ ਵੀ ਕੋਈ ਇਹੋ ਜਿਹੀ ਰਣਨੀਤੀ ਉਹ ਬਣੂਗੀ, ਸਾਡੇ ਆਗੂ ਨੇ ਇੱਕ ਹੋਣ ਦੋ ਹੋਣ ਉਹ ਜੋ ਕਰਨਗੇ ਸਾਨੂੰ ਮਨਜ਼ੂਰ ਹੋਊਗਾ, ਕੋਈ ਦਿੱਕਤ ਚਿਹਰਾ ਰਾਜੇਵਾਲ ਜੀ ਹੋਣਗੇ? ਹਾਂ ਬਿਲਕੁਲ, ਉਹ ਕਲੀਅਰ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਸਾਡੇ ਆਗੂ ਜਿਹੜੇ ਨੇ ਉਹ ਰਾਜੇਵਾਲ ਜੀ ਨੇ, ਜਨਤਾ ਪ੍ਰਵਾਨ ਕਰਦੀ ਹੈ ਸਭ ਤੋਂ ਠੀਕ ਹੈ ਬਿਲਕੁਲ, ਜੇਕਰ ਬਦਲਾਅ ਜ਼ਰੂਰ ਲੈ ਕੇ, ਜੇਕਰ ਗੱਠਜੋੜ ਹੁੰਦਾ ਤਾਂ ਕਿੰਨੀਆਂ ਸੀਟਾਂ ਦੀ ਮੰਗ ਕਰਦੇ ਹੋ? ਇਹਦੇ ਬਾਰੇ ਵੀ ਉਹੀ ਦੱਸਣਗੇ ਹੁਣ, ਮੈਂ ਕੁਛ ਨਹੀਂ ਕਹਿਣਾ, ਹਾਂ ਜੋ ਵੀ ਕਰਨਗੇ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਜੋ ਕਰਨਗੇ ਉਹੀ ਕਰਨਗੇ, ਜੋ ਰਾਜੇਵਾਲ ਜੀ ਨੂੰ ਚੰਗਾ ਲੱਗਦਾ ਹੈ ਉਹ ਕਰਨਗੇ, ਗੱਠਜੋੜ ਕਰਨ ਨਾ ਕਰਨੇ ਸੀ 117 ਸੀਟਾਂ ਦਾ ਐਲਾਨ ਕਰਿਆ, ਜੇ ਉਹਨਾਂ ਨੇ ਕਹਿਤਾ ਵੀ ਨਹੀਂ ਘੱਟ ਤੇ ਲੜਨਾ, ਅਸੀਂ ਕਹਿ ਦਾਂਗੇ 7 ਵਜੇ ਜੋ ਮਰਜ਼ੀ ਕਰ ਲਓ, ਅਸੀਂ ਤਾਂ 117 ਸੀਟਾਂ ਦਾ ਐਲਾਨ ਕਰਕੇ ਆਏ, ਅਤੇ ਇੱਕ
ਉਹ ਲੋਕਾਂ ਦੇ ਨਾਲ ਤੁਹਾਡੀ ਇੱਕ ਸਾਂਝ ਪੈ ਗਈ ਸੀ, ਉਹ ਲੋਕਾਂ ਦੇ ਨਾਲ ਵੀ ਯਾਦਗਾਰੀਆਂ ਬਣ ਗਈਆਂ ਤੁਹਾਡੀਆਂ, ਉਹ ਸਮਾਂ ਵੀ ਕਿਸ ਤਰ੍ਹਾਂ ਪਿੰਡ ਆ ਕੇ ਕਿਵੇਂ ਦਾ ਲੱਗ ਰਿਹਾ, ਉਹ ਸਮਾਂ ਅਤੇ ਇਹ ਸਮਾਂ ਕਿੰਨਾ ਕੁ ਅੰਤਰ? ਵੇਖੋ ਜੀ, ਇਹ ਘਰ 'ਤੇ ਹਰ ਇੱਕ ਦਾ ਦਿਲ ਕਰਦਾ ਉਹਨੂੰ, ਹੈ ਨਾ, ਭਾਵੇਂ ਕਿੰਨਾ ਇੱਕ ਸਾਲ ਤੋਂ ਸਾਰੇ ਪਰਿਵਾਰ ਉਹ ਜਿਹੜੇ ਲੋਕ ਸਨ ਉੱਥੋਂ ਵਾਲੀ ਜਿਹੜੀ ਜਨਤਾ ਸੀ, ਸੰਗਤ ਸੀ, ਪਬਲਿਕ ਸੀ ਜਿਹੜੀ, ਉਹਨਾਂ ਨੇ ਪਿਆਰ ਬਹੁਤ ਵੱਡਾ ਦਿੱਤਾ ਸਾਨੂੰ। ਇੱਕ ਸਾਲ ਐਂ ਲੰਘ ਗਿਆ ਜਿਵੇਂ ਇੱਕ ਮਹੀਨੇ ਵਾਂਗੂ ਲੰਘ ਜਾਂਦਾ, ਪਤਾ ਹੀ ਨਹੀਂ ਲੱਗਿਆ ਕਿ ਇਹਨਾਂ ਲੋਕਾਂ ਨੇ ਪਿਆਰ ਅਤੇ ਸਤਿਕਾਰ ਦਿੱਤਾ, ਅਤੇ ਜਿੱਦਣ ਆਏ ਆ ਉਹ ਅੱਖਾਂ ਉਹਨਾਂ ਦੀਆਂ ਵੀ ਨਮ ਹੁੰਦੀਆਂ ਸੀ ਅਤੇ ਸਾਡੀਆਂ ਵੀ ਨਮ ਹੁੰਦੀਆਂ ਸੀ। ਠੀਕ ਹੈ ਜੀ, ਬਹੁਤ ਵੱਡਾ ਸਤਿਕਾਰ ਸੀ, ਯਾਦ ਆਉਂਦਾ ਹੁਣ ਵੀ ਸਾਡੇ ਫੋਨ ਫਾਨ ਉੱਧਰ ਉੱਧਰ ਇਹੀ ਗੱਲਬਾਤ ਕਰਦੇ ਰਹਿੰਦੇ ਆ, ਹੁੰਦੇ ਰਹਿੰਦੇ ਆ, ਔਰ ਆਉਣ ਲੱਗਿਆ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਜਦੋਂ ਵੀ ਇੱਧਰ 9 ਵਜੇ ਸਪੈਸ਼ਲ ਨਹੀਂ, ਜਦੋਂ ਦਿੱਲੀ ਲੰਘੋ ਜਾਂ ਹਰਿਆਣੇ ਜਾਓ ਅਤੇ ਮਿਲ ਕੇ ਜ਼ਰੂਰ ਸਾਨੂੰ ਜਾਇਓ, ਉੱਦਾਂ ਨਾ ਚੱਲੇ ਜੀ, ਵਾਅਦਾ ਕਰਕੇ ਆਏ ਉਹਨਾਂ ਨਾਲ, ਉਸੇ ਤਰ੍ਹਾਂ ਚੱਲਦਾ ਰਹੂ। ਆਖਰੀ ਸਵਾਲ, ਬੂਟਾ ਜੀ ਕਿੱਥੋਂ ਚੋਣ ਲਾਉਣਗੇ ਫਿਰ? ਨਹੀਂ ਇਹ ਕੋਈ ਪਤਾ ਨਹੀਂ, ਇਹ ਵੀ ਉਹਨਾਂ ਨੂੰ ਪਤਾ ਜੀ, ਰਾਜੇਵਾਲ ਜੀ ਹੋਰਾਂ ਨੂੰ ਜਿਹੜੇ ਸਾਡਾ ਹੁਣ ਜਥੇਬੰਦੀ ਬਣ ਗਈ ਆ, ਮੋਰਚਾ ਬਣ ਚੁੱਕਿਆ ਹੈ, ਉਹਨਾਂ ਨੇ ਕਦੋਂ ਲੜਾਉਣੀ ਹੈ, ਨਹੀਂ ਲੜਾਉਣੀ, ਇਹ ਉਹਨਾਂ ਦਾ ਕੰਮ ਹੈ, ਜੋ ਹੁਕਮ ਕਰੋਗੇ ਨਾ। ਇੱਕ ਉਮੀਦ ਹੁੰਦੀ ਆ ਕਿ ਮੰਗ ਕਰੋਗੇ, ਮੰਗ ਕਰ ਕਿੱਥੋਂ ਕਰੋਗੇ ਮੰਗ? ਕਹਿੰਦੇ ਆਪ ਦੀ ਆ ਤੋਂ ਦੁੱਧ ਬਰੋਬਰ ਮੰਗ ਲਈ ਆ ਤੋਂ ਪਾਣੀ, ਹੈਂ, ਜਿੱਥੋਂ ਕਹਿਣਗੇ। ਪਰ ਅੱਜ ਕੱਲ੍ਹ ਤਾਂ ਇਹ ਗੱਲ ਆ ਨਾ ਵੀ ਬਿਨਾਂ ਮੰਗੇ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਹੈਗੀ। ਚਲੋ ਉਹ ਆਪਾਂ ਸਲਾਹ ਕਰ ਲਾਂਗੇ ਇਮਰਾਨ ਜੀ, ਤੁਹਾਡੇ ਨਾਲ ਹੀ ਕਰ ਲਾਂਗੇ, ਜਿੱਥੋਂ ਕਹੋਗੇ ਆਪਾਂ ਦੇਖ ਲਾਂਗੇ ਫਿਰ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਸਾਡੇ ਨਾਲ ਬੂਟਾ ਸਿੰਘ ਸ਼ਾਦੀਪੁਰ, ਜਿਨ੍ਹਾਂ ਦੇ ਵੱਲੋਂ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਗਿਆ ਜੋ ਹਰ ਕੋਈ ਪੁੱਛ ਰਿਹਾ, ਕਿਉਂਕਿ ਸਵਾਲ ਵੱਡੇ ਉੱਠ ਰਹੇ ਨੇ ਜਦੋਂ ਤੋਂ ਅੰਦੋਲਨ ਜਿੱਤ ਕੇ ਆਏ ਨੇ ਕਿਸਾਨ। ਉਸ ਤੋਂ ਬਾਅਦ ਸਿਆਸਤ ਦੇ ਵਿੱਚ ਐਂਟਰੀ ਹੋ ਗਈ, ਕੁਝ ਜਥੇਬੰਦੀਆਂ ਅਲੱਗ ਹੋ ਗਈਆਂ ਆਪਸ ਦੇ ਵਿੱਚ, ਜਿਹੜਾ ਤਾਰ ਪਿੰਡੋ ਕਹਿ ਸਕਦੇ ਹਾਂ, ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਵਿਚਾਰਧਾਰਾ ਨਹੀਂ ਮਿਲ ਰਹੀਆਂ। ਸੋ ਵਿਚਾਰਧਾਰਾ ਮਿਲਾਉਣ ਵਾਸਤੇ ਬੂਟਾ ਸਿੰਘ ਨੇ ਸਾਫ਼ ਕਰ ਦਿੱਤਾ ਕਿ ਅਸੀਂ ਸਾਰੇ ਇੱਕ ਹਾਂ, ਏਕਤਾ ਦੇ ਵਿੱਚ ਬਾਲਾ, ਪਹਿਲਾਂ ਵੀ ਇੱਕ ਹੋ ਕੇ ਅੰਦੋਲਨ ਜਿੱਤਿਆ, ਹੁਣ ਵੀ ਅਸੀਂ ਕੁਝ ਦਿਨਾਂ ਦੇ ਵਿੱਚ ਉਹਨਾਂ ਨੂੰ ਨਾਲ ਮਿਲਾ ਲਾਂਗੇ। ਦੇਖਣਾ ਹੋਵੇਗਾ ਕਿ ਆਖਰ ਕਿ ਕਿਸਾਨ ਲੀਡਰਾਂ ਦੇ ਵੱਲੋਂ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ, ਲੋਕ ਕਿੰਨਾ ਸਮਰਥਨ ਦੇਣਗੇ, ਲੋਕ ਕਿੰਨਾ ਵਿਸ਼ਵਾਸ ਕਰਨਗੇ, ਅਤੇ ਆਖਰ ਸੱਤਾ ਦੇ ਵਿੱਚ ਆਉਂਦੇ ਨੇ ਜਾਂ ਨਹੀਂ ਆਉਂਦੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਅਤੇ ਗੱਠਜੋੜ ਕਰਦੇ ਨੇ ਜਾਂ ਨਹੀਂ ਦੱਸਣਾ, ਨਹੀਂ ਗੱਠਜੋੜ ਕਰਦੇ ਤਾਂ ਇਹ ਵੀ ਕੁਝ ਦਿਨਾਂ ਦੇ ਵਿੱਚ ਸਥਿਤੀ ਸਾਫ਼ ਹੋ ਜਾਵੇਗੀ। ਹੋਰ ਵੀ ਤੁਹਾਨੂੰ ਗੱਲਬਾਤ, ਹੋਰ ਵੀ ਲੀਡਰਾਂ ਦੇ ਵਿਚਾਰ ਤੁਹਾਡੇ ਤੱਕ ਲਿਆਉਂਦੇ ਰਹਾਂਗੇ। ਲਗਾਤਾਰ ਬਣੇ ਰਹੋ ਰੋਜ਼ਾਨਾ ਲੋਕ ਲਾਂ ਦੇ ਨਾਲ।